ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਵੈਲਕਮ ਟੂ ਦ ਸਿੱਧੂ ਸ਼ੋਅ ਤੇ ਮੈਂ ਹਾਂ ਗੁਰਦੇਵ ਸਿੰਘ ਸਿੱਧੂ ਅੱਜ ਦੇ ਪੋਡਕਾਸਟ ਦੇ ਵਿੱਚ ਅਸੀਂ ਗੱਲ ਕਰਾਂਗੇ ਬਾਪ ਬੜਾ ਨਾ ਭਈਆ ਸਭ ਤੋਂ بڑا ਰੁਪਈਆ ਅੱਜ ਉਹਦੇ ਜਿਹੜੇ ਸਾਡੇ ਫਾਈਨੈਂਸੇਜ਼ ਆ ਕਿਉਂਕਿ ਉੱਤੇ ਸਾਡੇ ਗੱਲਬਾਤ ਜਿਹੜੀ ਉਹ ਬਹੁਤ ਘੱਟ ਹੁੰਦੀ ਆ ਸੋ ਅੱਜ ਦੇ ਪੋਡਕਾਸਟ ਦੇ ਵਿੱਚ ਅਸੀਂ ਇੱਕ ਕਿਤਾਬ ਦੀ ਚਰਚਾ ਕਰਾਂਗੇ ਜਿਸ ਦਾ ਨਾਮ ਹੈ ਜੀ ਸਾਈਕੋਲੋਜੀ ਆਫ ਮਨੀ ਜਿਹਨਾਂ ਨੂੰ ਮਾਰਗਨ ਹੌਸਲ ਵੱਲੋਂ ਲਿਖਿਆ ਗਿਆ ਬਹੁਤ ਹੀ ਚਰਚਿਤ ਕਿਤਾਬ ਆ ਤੇ ਮੇਰ ਨਾਲ ਭਾਈ ਜਸਵਿੰਦਰ ਸਿੰਘ ਹੋਣ ਗਿਆ ਉਹ ਬਾਈ ਦਾ ਸਵਾਗਤ ਕਰੀਏ ਭਾਈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਲਕਮ ਟੂ ਦਾ ਸ਼ੋ ਜੀ ਥੈਂਕ ਯੂ ਸੋ ਮਚ ਜੀ ਹੋਰ ਸੁਣਾਉਂ ਕਹਤਾ ਚਾਹਤੇ ਜੀ ਸੁਣਾਓ ਜਿੱਦਾਂ ਕਿ ਤੁਸੀਂ ਦੱਸੇ ਕਿ ਅੱਜ ਦਾ ਟਾਪਿਕ ਸਾਈਕੋਲੋਜੀ ਆਫ ਪੈਨੀ ਮਾਰਗਨ ਹਾਊਜ਼ਲ ਜੇ ਪੰਜਾਬੀ ਚ ਕੀ ਹੈ ਵੀ ਪੈਸਾ ਜਿਵੇਂ ਨੱਚਾਈ ਜਾਂਦਾ ਦੁਨੀਆ ਨੱਚੀ ਜਾਂਦੀ ਹੈ ਬਿਲਕੁਲ ਆਪਾਂ ਕਿਉਂ ਨੱਚੀ ਜਾਂਦੇ ਆ ਉਹਦੇ ਪਿੱਛੇ ਦੀ ਸਾਈਕੋਲੋਜੀ ਕੀ ਆ ਕਿਹੜੇ ਫੈਕਟਰ ਆ ਜਿਹੜੇ ਸਾਨੂੰ ਨਚਾ ਰਹੇ ਆ ਹਮ ਤੇ ਫਾਈਨੈਂਸ਼ੀਅਲ ਪ੍ਰੈਸ਼ਰ ਕੀ ਚੀਜ਼ ਹੈ ਤੇ ਕਿੱਦਾਂ ਇਹਨੂੰ ਮੈਨੇਜ ਕਰਨਾ ਆਪਾਂ ਸਟੈਪ ਬਾਈ ਸਟੈਪ ਇਸ ਬੁੱਕ ਦੇ ਥਰੂ ਅੱਜ ਜਾਣਾਂਗੇ ਜੀ ਤੇ ਇਹਦਾ ਪਹਿਲਾ ਟਾਪਿਕ ਹੈ ਨੋ ਵਨ ਕ੍ਰੇਜ਼ੀ ਨੋ ਵਨ ਕ੍ਰੇਜ਼ੀ ਜਿਉ ਨੂੰ ਡਿਟੇਲ ਚ ਆਪਾਂ ਸਮਝੀਏ ਵੀ ਇੱਕ ਜਿਹੜਾ ਅਮੀਰ ਬੱਚਾ ਹੈ ਤੇ ਇੱਕ ਗਰੀਬ ਬੱਚਾ ਉਹ ਕਦੀ ਸਮਝ ਨਹੀਂ ਸਕਦੇ ਬਹੁਤ ਮੁਸ਼ਕਿਲ ਹੈ ਵੀ ਕੀ ਪ੍ਰੋਬਲਮਸ ਹੁੰਦੀਆਂ ਕਿੱਦਾਂ ਉਹਨਾਂ ਨਾਲ ਡੀਲ ਕੀਤਾ ਜਾਂਦਾ ਜਿਹਦਾ ਕਾਰ ਹੈ ਜੀ ਕਾਰ ਇੱਕ ਗਰੀਬ ਬੱਚੇ ਲਈ ਲਗਜ਼ਰੀ ਹੈ ਤੇ ਇੱਕ ਅਮੀਰ ਬੱਚੇ ਲਈ ਉਹ ਇੱਕ ਨਾਰਮਲ ਚੀਜ਼ ਹੈ ਹਮ ਤੇ ਇੱਕ ਛੋਟਾ ਜਿਹਾ ਟੌਪਿਕ ਹੈ ਜਿੱਦੋਂ ਇੱਕ ਪਿਓ ਪੁੱਤ ਜਾਂਦੇ ਰੈਸਟੋਰੈਂਟ ਦੇ ਵਿੱਚ ਰੋਟੀ ਖਾਣਾ ਪਿਓ ਮਲਟੀ ਮਿਲੀਨਰ ਹੁੰਦਾ ਤੇ ਜਿਹੜੇ ਵੇਟਰ ਹੁੰਦੇ ਨੇ ਉਹ ਚਾਹ ਚੜ ਜਾਂਦਾ ਹਮ ਵੀ ਅੱਜ ਟਿਪ ਮਿਲਨੀ ਬੜੀ ਵਧੀਆ ਹਮ ਤੇ ਜਦੋਂ ਉਹ ਮੁੰਡਿਆਲ ਜਾਂਦਾ ਮੁੰਡੇ ਦਾ ਹਜ਼ਾਰ ਦਾ ਨੋਟ ਕੱਢ ਕੇ ਉਹਨੂੰ ਫੜਾ ਦਿੰਦਾ ਹਮ ਤੇ ਉਹ ਜਿਹੜਾ ਵੇਟਰ ਹੁੰਦਾ ਉਹ ਪਿਓ ਵੱਲ ਜਾਂਦਾ ਪਿਓ ਨੂੰ 10 ਰੁਪਏ ਕੱਢ ਕੇ ਫੜਾਉਂਦਾ ਹਮ ਤੇ ਵੇਟਰ ਕੋ ਰਹਿਣੇ ਜਾਂਦਾ ਕਹਿੰਦਾ ਜੀ ਸਰ ਵੀ ਮੈਂ ਸਮਝਾਉ ਉਹ ਵੀ ਕਿ ਚੱਕਰ ਹਨ ਵੀ ਉਹਨੇ ਤੇ ਹਜ਼ਾਰ ਦਿੱਤਾ ਤੇ ਦੱਸ ਦਿੱਤੇ ਹੂੰ ਕਹਿੰਦਾ ਉਹ ਸ਼ਹਿਰ ਦੇ ਸਭ ਤੋਂ ਅਮੀਰ ਉਹਦਾ ਪਿਓ ਹੈ ਜਿਹੜਾ ਸਭ ਤੋਂ ਸ਼ਹਿਰ ਦਾ ਅਮੀਰ ਬੰਦਾ ਹੂੰ ਕਹਿੰਦਾ ਮੇਰਾ ਪਿਓ ਸੀ ਕਹਿੰਦਾ ਕਿ ਲੱਕੜਹਾਰਾ ਸੀ ਹੂੰ ਬਿਲਕੁਲ ਤੇ ਜਿੱਦਾਂ ਉਹਦਾ ਬਚਪਨ ਬੀਤਿਆ ਤੇ ਜਿੱਦਾਂ ਉਸ ਮੜੇ ਦਾ ਬਚਪਨ ਬੀਤਿਆ ਦੋਨੋਂ ਅਲੱਗ ਕੋ ਦੋਨੋਂ ਆਪਣੀ ਜਗ੍ਹਾ ਸਹੀ ਨਹੀਂ ਹੂੰ ਕਿਉਂਕਿ ਜਿਸ ਤਰੀਕੇ ਨਾਲ ਸਾਡੀ ਅਪ ਬਰਿੰਗਿੰਗ ਹੁੰਦੀ ਹੈ ਉਹ ਕਿਤਨਾ ਕਿਤੇ ਜਿਹੜਾ ਸਾਡਾ ਮਾਨਸਿਕ ਤੌਰ ਤਰੀਕਾ ਹੈ ਸੋਚਣ ਦਾ ਜਾਂ ਜ਼ਿੰਦਗੀ ਚ ਵਿਚਰਨ ਦਾ ਉਹ ਉਦਾਂ ਦਾ ਬਣ ਜਾਂਦਾ ਜਿੱਦਾਂ ਤੋਂ ਅਸੀਂ ਕਿਹਾ ਕਿ ਇੱਕ ਅਮੀਰ ਬੱਚੇ ਲਈ ਜਿਹੜੀ ਆ ਉਹ ਜਿਹੜੀ ਕਾਰ ਆ ਉਹ ਇੱਕ ਆਮ ਜੀ ਚੀਜ਼ ਆ ਕਿਉਂਕਿ ਮੈਨੂੰ ਲੱਗਦਾ ਉਹ ਜਿਹੜਾ ਜੰਮਿਆ ਜਿਹੜਾ ਜੰਮੇ ਮੈਲਾਂ ਦੇ ਵਿੱਚ ਆ ਜਿੰਨੇ ਜੰਮਦਿਆਂ ਹੀ ਜਿਹੜੇ ਝੂਟੇ ਆ ਉਹ ਵੱਡੀਆਂ ਵੱਡੀਆਂ ਮਰਸੀਡਿਸ ਗੱਡੀਆਂ ਚ ਲਾਏ ਉਹਦੇ ਲਈ ਆਮ ਜੀ ਚੀਜ਼ ਆ ਉਹਦੇ ਲਈ ਇੱਕ ਮਤਲਬ ਜਸਟ ਇਹਨਾਂ ਕਹਿੰਦੇ ਦੇ ਕੇ ਇੱਕ ਗਿਣਤੀ ਆ ਕਿ ਸਾਡੇ ਕੋਲ ਕਿੰਨੀਆਂ ਗੱਡੀਆਂ ਆ ਸ਼ਾਇਦ ਕਈਆਂ ਨੂੰ ਤੇ ਉਹ ਵੀ ਨਹੀਂ ਪਤਾ ਹੁੰਦਾ ਅਮੀਰ ਦੇ ਬੱਚੇ ਨੇ ਜੀ ਆਪਣੀ ਗਰੀਬੀ ਵੀ ਦੱਸਣੀ ਹੋਣੀ ਇਹਨਾਂ ਦੱਸਣਾ ਕਿ ਸਾਡੇ ਘਰ ਚ ਲਿਫਟ ਸਿਰਫ ਦੂਜੀ ਮੰਜਲ ਤੱਕ ਜਾਂਦੀ 33 ਮੰਜਲ ਤੱਕ ਨਹੀਂ ਆਉਂਦੀ ਬਿਲਕੁਲ ਸਾਡੇ ਕੋ ਸੈਕੀਨ ਹੈ ਮਰਸੀਡੀਜ਼ ਕਾਰਾਂ ਨੇ ਹੂੰ ਸਿਰਫ ਤਿੰਨ ਐਸੀਆ ਮਾਲੀ ਵੀ ਵਿਚਾਰਾ ਹਫਤੇ ਚ ਦੋ ਦਿਨ ਆਉਂਦਾ ਹੂੰ ਹੈਨਾ ਕਿਉਂਕਿ ਉਹਨਾਂ ਦੀ ਸਾਈਕੋਲੋਜੀ ਹੋਰ ਹੈ ਗਰੀਬ ਬੰਦੇ ਦੀ ਸਾਈਕੋਲੋਜੀ ਹੋਰ ਹੈ ਮੈਂ ਨਾ ਬਾਈ ਕਈ ਵਾਰ ਆਪਣੀ ਗੁੜੀਆਂ ਨਾਲ ਗੱਲ ਕਰਦਾ ਹੁੰਨਾ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਜਦੋਂ ਤੁਸੀਂ ਇੱਕ باپ-ਬੇਟੇ ਦੀ ਗੱਲ ਕਰਾਈਏ ਕਿ ਸਾਈਕੋਲੋਜੀ ਜਿਹੜੀ ਦਿਮਾਗ ਦੀ ਉਹ ਤੁਹਾਡੀ ਉਦਾਂ ਦੀ ਬਣ ਜਾਂਦੀ ਜਿੱਦਾਂ ਤੁਸੀਂ ਜੰਮੇ ਪਲੇ ਹੋਣਾ ਆਪਾਂ ਉੱਥੇ ਇੰਡੀਆ ਦੇ ਵਿੱਚ ਮਿੰਡਿਓਕਰ ਜੀਆਂ ਫੈਮਲੀਆਂ ਹੁੰਦੀਆਂ ਆ ਤੇ ਜਦੋਂ ਸਾਡੇ ਘਰ ਮੈਨੂੰ ਯਾਦ ਹੈ ਕਿ ਅਸੀਂ ਮਰੂਤੀ ਖਰੀਦੀ ਨਾ ਮੈਂ ਮਨ ਲਾਦਾ ਕਿ ਕਾਫੀ ਉਦੋਂ ਉਮਰ ਹੋਊਗੀ ਤੇ ਉਦੋਂ ਪਹਿਲਾਂ ਤਾਂ ਸਕੂਟਰ ਦਾ ਹੀ ਬੜਾ ਚਾਲ ਸੀ ਜਦੋਂ ਸਕੂਟਰ ਆਇਆ ਘਰ ਦੇ ਵਿੱਚ ਪਹਿਲਾਂ ਤੇ ਬਾਅਦ ਚ ਜਦੋਂ ਮਰੂਤੀ ਕਾਰ ਆਹੀ ਖਰੀਦੀ ਮਰੂਤੀ 800 ਬੜੀ ਬੜੀ ਆਪਣੀ ਮੀਡਲ ਫੈਮਿਲੀ ਦੀ ਬੜੀ ਫੇਵਰੇਟ ਕਾਰ ਹੁੰਦੀ ਸੀ ਹਨਾ ਤੇ ਉਹ ਖਰੀਦੀ ਬੜਾ ਚਾ ਉਹਦਾ ਚੜਿਆ ਤੇ ਮੈਂ ਕਈ ਵਾਰ ਹੁਣ ਗੁੜੀਆਂ ਨਾਲ ਗੱਲ ਕਰਦਾ ਹੁਣ ਨਾ ਉਹ ਕਈ ਵਾਰ ਪਿੱਛੇ ਤਿੰਨ ਜਾਣੇ ਵੀ ਬੈਠੇ ਹੁੰਦੇ ਨਾ ਤੋਂ ਕਹਿਣ ਕਿ ਪਾਪਾ ਮੈਂ ਟਾਈਟ ਹੋ ਗਈ ਮੈਂ ਕਿਹਾ ਕਿ ਅਸੀਂ ਮਰੂਤੀ ਦੇ ਵਿੱਚ 8-8 ਜਾਣੇ ਵੀ ਗਏ ਆ ਤਾਂ ਸਾਨੂੰ ਉਦੋਂ ਵੀ ਐਨੇ ਹੀ ਲੱਗਦਾ ਹੁੰਦਾ ਕਿ ਕਈ ਕਈ ਵਾਰ ਤਾਂ ਮੈਨੂੰ ਲੱਗਦਾ ਕਿ ਇੱਕ ਬੰਦਾ ਤੇ ਗੇਅਰ ਤੇ ਬੈਠਾ ਇੱਕ ਲੱਤ ਨਾਲ ਹੀ ਸਾਰਾ ਸਫਰ ਕੱਟ ਜਾਂਦਾ ਹੈ ਤੇ ਉਹ ਗੇਅਰ ਬਦਲਣਾ ਹੁੰਦਾ ਹੈ ਤੇ ਉਦੋਂ ਉਹ ਸਫਰ ਦਾ ਨਜ਼ਾਰਾ ਵੱਖਰਾ ਹੈ ਕਿਉਂਕਿ ਸਾਈਕੋਲੋਜੀ ਦਾ ਫਰਕ ਹੈ ਹਾਂਜੀ ਹੁਣ ਇਹਦੇ ਵਿੱਚ ਮੋਗਨ ਹਾਊਸਲ ਇਹ ਵੀ ਗੱਲ ਕਹਿੰਦਾ ਜਾਂਦਾ ਵੀ ਤੁਸੀਂ ਕਿੰਨਾ ਵੀ ਕੈਲ ਵੀ ਮੈਂ ਵੈਲ ਕੁਆਲੀਫਾਈਡ ਆ ਮੈਂ ਜੀ ਫਿਊਚਰ ਦੇਖ ਸਕਦਾ ਕੁਝ ਵੀ ਕਰ ਸਕਦਾ ਹੁਣ ਜੈਸੀ ਲਿਵਰਪੂਲ ਕਰਕੇ ਇੱਕ ਬੰਦਾ ਹੋਇਆ ਜਿਸਨੇ ਕਹਿੰਦੇ ਵੀ ਜਦੋਂ ਸਾਰੀ ਸ਼ੇਅਰ ਮਾਰਕੀਟ ਮਾਰਕੀਟ ਕ੍ਰੈਸ਼ ਹੋਈ ਨਾ ਹੂੰ ਉਹਨੇ ਉਦੋਂ ਵੀ ਮਿਲੀਅਨ ਡਾਲਰ ਬਣਾਏ ਬਿਲਕੁਲ ਪਰ ਅਕੀਰ ਚ ਪੱਠਾ ਉਹਦਾ ਵੀ ਵਹਿ ਗਿਆ ਕਿਉਂਕਿ ਉਹਨਾਂ ਲੱਗਦਾ ਸੀ ਕਿ ਮੈਂ ਅਨਬ੍ਰੇਕੇਬਲ ਆ ਹੂੰ ਅੱਜ ਦੇ ਜ਼ਮਾਨੇ ਚ ਜੋ ਵੀ ਵਿਚਰ ਰਿਹਾ ਜੀ ਕੀ ਅਸੀਂ ਸੋਚੇ ਸੀ ਵੀ ਇਦਾਂ ਹੋਊਗਾ ਹੂੰ ਤੇ ਜਿਹੜਾ ਸੀ ਅੱਜ ਨਹੀਂ ਸੋਚਿਆ ਹੂੰ ਉਹ ਆਉਣ ਵਾਲੇ ਜ਼ਮਾਨੇ ਦੇ ਵਿੱਚ ਵੀ ਹੈਪਨਿੰਗ ਹੋਣੀ ਹੈ ਹੋਣੀ ਆ ਬਿਲਕੁਲ ਤੇ ਉੱਥੇ ਲੱਕ ਦਾ ਜਿਹੜਾ ਰੋਲ ਹੈ ਉਹ ਬਹੁਤ ਪਲੇ ਕਰਦਾ ਤੁਸੀਂ ਉਹਨੂੰ ਡਿਨਾਈ ਨਹੀਂ ਕਰ ਸਕਦੇ ਕਹੋ ਵੀ ਸਕੀਆਂ ਭੈਣਾ ਨੇ ਹੂੰ ਤੇ ਇਸ ਕਰਕੇ ਮੋਰਗਨ ਹਾਊਜ਼ਲ ਨੇ ਇੱਕ ਟੌਪਿਕ ਵਿੱਚ ਇਹ ਵੀ ਗੱਲ ਕਹੀ ਹੈ ਵੀ ਸੇਵਿੰਗ ਕਰਨੀ ਬਹੁਤ ਜ਼ਰੂਰੀ ਹੈ। ਹੂੰ ਕਹਿੰਦਾ ਵੀ ਤਿੰਨ ਤਰ੍ਹਾਂ ਦੇ ਲੋਕ ਹੁੰਦੇ ਆ। ਹੂੰ ਇੱਕੋ ਲੋਕ ਹੁੰਦੇ ਆ ਜਿਹੜੇ ਸੇਵਿੰਗ ਕਰਦੇ ਆ। ਹੂੰ ਇੱਕੋ ਲੋਕ ਹੁੰਦੇ ਜਿਹੜੇ ਕਹਿੰਦੇ ਸਾਨੂੰ ਸੇਵਿੰਗ ਕਰਨ ਦੀ ਲੋੜ ਨਹੀਂ। ਹੂੰ ਤੇ ਇੱਕ ਇਦਾਂ ਦੇ ਲੋਕ ਹੁੰਦੇ ਜਿਹੜੇ ਕਹਿੰਦੇ ਵੀ ਅਸੀਂ ਹੜ ਕੋ ਲੈ ਲਓ ਪੈਸੇ ਹੀ ਸੀਵ ਨਹੀਂ ਕਰ ਸਕਦੇ। ਹੂੰ ਠੀਕ ਹੈ। ਕੋਈ ਵੀ ਬਿਜ਼ਨਸ ਆ ਉਹ ਫਾਈਨੈਂਸ਼ਲੀ ਡਰਾਈ ਆਊਟ ਹੋ ਜਾਂਦਾ। ਹੂੰ ਮੋਸਟਲੀ ਉਹਦੇ ਅਨਸਕਸੈਸਫੁਲ ਹੋਣ ਪਿੱਛੇ ਕਾਰਨ ਹੁੰਦਾ ਕਿਉਂਕਿ ਜਦੋਂ ਹੁਣ ਦੇਖੋ ਕੋਵਿਡ ਆ ਗਿਆ। ਹੂੰ ਹਨਾ ਇਹ ਰਿਟੇਸ਼ਨ ਹੀ ਆ ਕੁਝ ਵੀ ਕਹ ਲਈਏ ਜੇ ਤੁਹਾਡੇ ਕੋਲ ਸੇਵਿੰਗ ਹੈਗੀ ਹੈ ਤੇ ਤੁਸੀਂ ਉਹ ਟਫ ਟਾਈਮ ਚੋਂ ਨਿਕਲ ਸਕਦੇ ਹੋ ਹੂੰ ਪੈਸਾ ਕਮਾਉਣਾ ਆ ਆਪਣੀ ਸੁਵਿਧਾ ਲਈ ਹੂੰ ਕਹਿੰਦਾ ਲਾਈਫ ਇਜ਼ ਟੂ ਐਕਸਪ੍ਰੈਸ ਨਾਟ ਟੂ ਇੰਪ੍ਰੈਸ ਹੂੰ ਕਾਫੀ ਲੋਕ ਜਿਹੜੇ ਆ ਉਹ ਪੀਅਰ ਪ੍ਰੈਸ਼ਰ ਚ ਆ ਕੇ ਇੱਕਦਮ ਮਹਿੰਗੀ ਗੱਡੀ ਲੈ ਲਈ ਜਾਂ ਕੋਈ ਕ੍ਰੈਡਿਟ ਕਾਰਡ ਵੱਡਾ ਲੈ ਲਿਆ ਹੂੰ ਕਿਉਂਕਿ ਇਹ ਚੀਜ਼ਾਂ ਅਨਬ੍ਰੇਕੇਬਲ ਨਹੀਂ ਹੈਗੀਆਂ ਹੂੰ ਜੇ ਤੁਹਾਨੂੰ ਕਿਤੇ ਲੋਡ ਪੈ ਗਈ ਹੈ ਨਾ ਇਹ ਤਾਂ ਬੜੀ ਬੇਸਿਕ ਜੀ ਗੱਲ ਆ ਸਾਰਿਆਂ ਨੂੰ ਪਤਾ ਪੈਸੇ ਬਚਾਉਣੇ ਚਾਹੀਦੇ ਨੇ ਜੀ ਹਨਾ ਬਟ ਸਾਈਕੋਲੋਜੀ ਆਫ ਮਨੀ ਦੇ ਵਿੱਚ ਇੱਕ ਬੜਾ ਡੀਪ ਰੋਲ ਦਿੱਤਾ ਹੈ ਇਹਦਾ ਹੂੰ ਵੀ ਉਹ ਸਰਕਲ ਤੁਸੀਂ ਤਾਂ ਹੀ ਕੰਪਲੀਟ ਕਰ ਸਕਦੇ ਹੋ ਬਾਕੀ ਦੀ ਚੀਜ਼ਾਂ ਜੇ ਤਰ ਕੋਈ ਸੇਵਿੰਗ ਹੈਗੀ ਹੈ ਜੇ ਸੇਵਿੰਗ ਨਹੀਂ ਹੈਗੀ ਇਹਦਾ ਮਤਲਬ ਵੀ ਤੁਹਾਡੀ ਬਾਕੀ ਜਿਹੜੇ ਫੈਕਟਰ ਸੋ ਇੰਨੇ ਇਫੈਕਟਿਵ ਨਹੀਂ ਹੋਣਗੇ ਨਹੀਂ ਹੈਗੇ ਬਿਲਕੁਲ ਕਿਉਂਕਿ ਬਈ ਜਿਦਾਂ ਆਪਾਂ ਅੱਗੇ ਵੀ ਗੱਲ ਕਰਦੇ ਹੁੰਨੇ ਕਿ ਪੈਸਾ ਕਮਾਉਣਾ ਅੱਜ ਦੇ ਸਮੇਂ ਦੇ ਵਿੱਚ ਔਖਾ ਨਹੀਂ ਹੈਗਾ ਮੈਨ ਕਾਈਂਡ ਦੀ ਹਿਸਟਰੀ ਦੇ ਵਿੱਚ ਮੈਨ ਲੱਗਦਾ ਕਿ ਸਭ ਤੋਂ ਸੌਖਾ ਜੇ ਪੈਸਾ ਕਮਾਉਣਾ ਤੇ ਉਹ ਅੱਜ ਦੇ ਸਮੇਂ ਦੇ ਵਿੱਚ ਜਦੋਂ ਤੁਸੀਂ ਘਰ ਬੈਠੇ ਵੀ ਜਿਹੜਾ ਆ ਉਹ ਲੱਖਾਂ ਰੁਪਈਆ ਕਮਾ ਸਕਦੇ ਹਾਂ ਇਹਦੇ ਲਈ ਅਲੱਗ-ਅਲੱਗ ਸਾਧਨ ਹੈਗੇ ਆ ਪਰ ਗੱਲ ਉੱਥੇ ਜਾ ਕੇ ਜਿੱਦਾਂ ਤੁਹਾਡੀ ਸਾਈਕੋਲੋਜੀ ਦਾ ਪਤਾ ਉੱਥੇ ਲੱਗਦਾ ਕਿ ਤੁਸੀਂ ਉਹ ਚੋਂ ਬਚਾਇਆ ਕੀ ਆ ਹੁਣ ਕਈ ਆਪਣੇ ਬੜੇ ਵੱਡੇ ਵੱਡੇ ਨਾਮ ਆ ਜਿਨ੍ਹਾਂ ਜਿਹੜੇ ਆਪਣੇ ਸਮਿਆਂ ਤੇ ਕਿਸੇ ਨੇ ਖੇਡਾਂ ਚੋਂ ਕੋਈ ਪਲੇਅਰ ਸੀਗੇ ਇਦਾਂ ਦੇ ਬਾਸਕਟਬਾਲ ਦਾ ਮੈਨੂੰ ਉਹਦਾ ਨਾਮ ਭੁੱਲ ਗਿਆ ਕਿ ਜਿਨੇ ਮਤਲਬ ਮਿਲੀਅਨਸ ਆਫ ਡਾਲਰਸ ਕਮਾਏ ਪਰ ਉਹ ਐਂਡ ਤੇ ਬਿਲਕੁਲ ਜਿੱਦਾਂ ਬਰੋਕ ਹੋਂਦਾ ਆ ਉਹ ਬੰਦਾ ਬਾਅਦ ਚੋਂ ਸੜਕਾਂ ਤੇ ਰਹਿੰਦਾ ਰਿਹਾ ਕੌਕਿਸੇ ਨੇ ਪੈਸਾ ਸੰਭਿਆ ਨਹੀਂ ਸੋ ਪੈਸਾ ਕਮਾਉਣਾ ਔਖਾ ਨਹੀਂ ਪੈਸਾ ਸੰਭਣਾ ਔਖਾ ਤੇ ਇਹਦੇ ਲਈ ਅਵੇਅਰਨੈਸ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ ਸਾਨੂੰ ਐ ਲੱਗਦਾ ਹੁੰਦਾ ਕਿ ਕੋਈ ਗੱਲ ਨਹੀਂ ਅਸੀਂ ਪੈਸਾ ਕਮਾਈ ਜੰਨੇ ਅੱਜ ਵੀ ਕਈ ਇਹ ਆਪਣੇ ਆਮ ਬੜਾ ਕਥਨ ਹੈਗਾ ਨਾ ਵੀ ਜ਼ਿੰਦਗੀ ਵੀ ਤਾਂ ਜਿਉਣੀ ਆ ਪਰ ਜ਼ਿੰਦਗੀ ਜਦੋਂ ਬਾਅਦ ਚ ਦੂਜੀ ਕਸਵੱਟੀ ਦਾ ਤੁਹਾਡਾ ਇਮਤਿਹਾਨ ਲੈਂਦੀ ਆ ਜਦੋਂ ਤੁਹਾਡੇ ਕੋਲ ਪੈਸਾ ਵਰਤਣ ਲਈ ਵੀ ਨਹੀਂ ਹੁੰਦਾ ਉਦੋਂ ਫਿਰ ਬਹੁਤ ਔਖਾ ਦੇਖੋ ਮੌਰਗਨ ਹਾਊਸ ਲਈ ਇਹੀ ਗੱਲ ਕਹਿੰਦੇ ਆ ਕਹਿੰਦੇ ਵੀ ਜਿੱਦਾਂ ਜਿੱਦਾਂ ਬੰਦੇ ਦੀ ਇਨਕਮ ਵੱਧਦੀ ਆ ਤੁਸੀਂ ਲਗਜ਼ਰੀ ਹੋਮ ਲੈ ਲਿਆ ਬਹੁਤ ਮਹਿੰਗੀ ਕਾਰ ਲੈ ਲਈ ਬਹੁਤ ਜ਼ਿਆਦਾ ਇਨਵੈਸਟਮੈਂਟ ਕਰ ਲਈ ਹੈਨਾ ਬਟ ਜਿੱਦਾਂ ਵੱਡਾ ਸ਼ੇਰ ਉੱਡੀ ਵੱਡੀ ਸ਼ੇਰ ਪੀੜ ਵੀ ਹਮ ਫੇਲ ਟੂ ਪਲੈਨਿੰਗ ਇਸ ਪਲੈਨਿੰਗ ਟੂ ਫੇਲ ਜੇ ਤੁਹਾਡੇ ਕੋ ਬੈਕਅੱਪ ਪਲਾਨ ਨਹੀਂ ਹੈਗਾ ਮੋਸਟਲੀ ਤੁਸੀਂ ਦੇਖ ਲਓ ਜਿਹੜੇ ਬੰਦੇ ਮਲਟੀਪਲੇਅਰ ਨੂੰ ਅਕਸਰ ਗੱਲ ਕਰਦੇ ਵੀ ਇੱਕ ਵਾਰੀ ਅਹੀਂ ਫਾਈਨੈਂਸ਼ੀਅਲ ਬਰੇਕ ਜ਼ਰੂਰ ਹੋਇਆ ਬਿਲਕੁਲ ਬੈਂਕਰਪਟ ਵੀ ਹੋਇਆ ਉਹਦੇ ਪਿੱਛੇ ਇਹੀ ਕਾਰਨ ਹੁੰਦਾ ਹੂੰ ਤੇ ਜਦੋਂ ਤੁਸੀਂ ਗੱਲ ਦੱਸਦੇ ਹੁੰਦੇ ਆ ਵਾਰਨ ਬਫੇ ਦੀ ਵੀ ਹੂੰ 75 ਇਅਰਸ ਤੱਕ ਉਹ ਬੰਦੇ ਨੇ ਅਨਬ੍ਰੇਕੇਬਲ ਇਨਕਮ ਕੰਪਾਊਂਡ ਇਨਕਮ ਦੇ ਨਾਲ ਕਿਦਾਂ ਜਨਰੇਟ ਕੀਤੀ ਹੂੰ ਉਹਦਾ ਜਿਹੜਾ ਬੇਸਿਕ ਸੀਗਾ ਇਸ ਕਿਤਾਬ 'ਚ ਜਿਹੜਾ ਹੈਗਾ ਉਹ ਵੀ ਇਹੀ ਲਿਖਿਆ ਉਹਨਾਂ ਨੇ ਵੀ ਤੁਸੀਂ ਜੇ ਇੱਕ ਬੰਦੇ ਤੋਂ 500 ਡਾਲਰ ਕਮਾਉਂਦੇ ਹੋ ਹੂੰ ਤੁਸੀਂ ਬਿਸ਼ੱਕ 200 ਕਮਾ ਲਓ ਪਰ ਉਹਨੂੰ ਮਲਟੀਪਲਾਈ ਕਰੋ ਮਾਰਜਨ ਕਟਾ ਦਿਓ ਪਰ ਜਿਹੜੀ ਤੁਹਾਡੀ ਕੰਪਾਉਂਡ ਇਨਕਮ ਆ ਉਹਨੂੰ ਮਲਟੀਪਲਾਈ ਕਰੋ ਬਿਲਕੁਲ ਇਹ ਬਹੁਤ ਸੋਹਣਾ ਇਸ ਕਿਤਾਬ ਦੇ ਵਿੱਚ ਉਹਦੀ ਐਗਜ਼ਾਮਪਲ ਦਿੱਤੀ ਹੋਈ ਹੈ ਕੰਪਾਉਂਡਿੰਗ ਦੀ ਕਿ ਜਿੱਦਾਂ ਵਾਰਨ ਵਫੇ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਕਿੰਨੇ ਸਾਲ ਜਿਹੜਾ ਆ ਉਹ ਉਹਨਾਂ ਨੇ ਉਹ ਇਨਕਮ ਜਿਹੜੀ ਆ ਲਗਾਤਾਰ ਇਨਵੈਸਟ ਕਰਦੇ ਰਹੇ ਆ ਤੇ ਸਭ ਤੋਂ ਵੱਡੇ ਇਨਵੈਸਟਰ ਜੇ ਕਹੀਏ ਵੀ ਅੱਜ ਤੱਕ ਦੇ ਸਭ ਤੋਂ ਵੱਡੇ ਇਨਵੈਸਟਰ ਆ ਉਹ ਆ ਪਰ ਜੇ ਸਭ ਤੋਂ ਮਹਾਨ ਕਹੀਏ ਉਹਨਾਂ ਦੀ ਰਿਟਰਨ ਜਿਹੜੀ ਆ ਉਹ ਇਅਰਲੀ 22% ਹੈ ਪਰ ਇੱਕ ਉਹਦੇ ਵਿੱਚ انسان ਦੀ ਗੱਲ ਕੀਤੀ ਗਈ ਹੈ ਜਿਹਦੀ ਰਿਟਰਨ ਜਿਹੜੀ ਉਹ 60 60 ਤੋਂ ਉੱਪਰ ਆ ਪਰイヤー ਪਰ ਉਹਦੇ ਕੋਲ ਜਿਹੜਾ ਜਿਹੜੀ ਜਾਇਦਾਦ ਆ ਜਿਹੜਾ ਟੋਟਲ ਫਾਈਨੈਂਸ਼ੀਅਲ ਐਸੈਟ ਆ ਉਹ ਵਾਰਨ ਬਫੇ ਤੋਂ ਕਿਤੇ ਘੱਟ ਆ ਕਿਉਂਕਿ ਉਸ ਸਮੇਂ ਦੀ ਜਿਹੜੀ ਕਰਾਮਾਤ ਹੈ ਜਿਹੜੇ ਸਮੇਂ ਨੇ ਕੰਪਾਊਂਡਿੰਗ ਨੇ ਆਪਣਾ ਜਿਹੜਾ ਚਮਤਕਾਰ ਵਿਖਾਉਣਾ ਆ ਜਿਹੜੇ ਵਾਰਨ ਬਫੇ ਉਹ ਆਪਣੇ ਬਚਪਨ ਚ ਹੀ ਲੱਗ ਗਏ ਤੇ ਜਿਹੜਾ ਦੂਸਰਾ ਇਨਸਾਨ ਹੈ ਉਹਨੇ 50 ਸਾਲ ਤੋਂ ਬਾਅਦ ਆ ਕੇ ਇਨਵੈਸਟ ਕਰਨਾ ਸ਼ੁਰੂ ਕੀਤਾ ਹਾਲਾਂਕਿ ਉਹ ਬੋਰਨ ਬਫੇ 22% ਬਣਾ ਰਹੇ ਹੋ 60% ਤੋਂ ਵੀ ਜ਼ਿਆਦਾ ਬਣਾ ਰਹੇ ਪਰ ਫਿਰ ਵੀ ਜਿਹੜੀ ਉਹ ਫਾਈਨੈਂਸ਼ੀਅਲ ਐਸੈਟ ਹੈ ਉਹ ਕਿਤੇ ਘਟਿਆ ਹਾਂਜੀ ਜਿਦਾ ਪੰਜਾਬੀ ਚ ਕਹਿੰਦੇ ਵੀ ਲੰਬੀ ਰੇਸ ਦਾ ਘੋੜਾ ਬਿਲਕੁਲ ਹੁਣ ਇਹਦੇ ਵਿੱਚ ਇੱਕ ਟੌਪਿਕ ਹੈ ਜਿਹਨੂੰ ਕਹਿੰਦੇ ਬੀਇੰਗ ਰਿਚ ਵਰਸਸ ਵੈਲਥੀ ਹਮ ਹੁਣ ਰਿਚਨੈਸ ਕੀ ਹੈ ਰਿਚਨੈਸ ਇਹ ਵੀ ਤੁਹਾਡਾ ਬੜਾ ਫੈਂਸੀ ਕਾਰ ਹੈ ਜੀ ਬੜੀ ਲਗਜ਼ਰੀ ਕਾਰ ਹੈ ਇਹ ਤੁਹਾਡੀ ਰਿਚਨੈਸ ਹੈ ਹਮ ਵੈਲਥ ਹੈ ਜਿਹੜਾ ਲੋਕਾਂ ਨੂੰ ਪਤਾ ਨਹੀਂ ਜਿਵੇਂ ਤੁਹਾਡਾ ਕੋ ਜਿਹੜਾ ਕੈਸ਼ ਜਾਂ ਕਰੰਟ ਐਸਿਡ ਹੈ ਜਿਹੜਾ ਤੁਸੀਂ ਸਾਮ ਕੇ ਰੱਖਿਆ ਜਿਹੜਾ ਤਨ ਔਖੇ ਵੇਲੇ ਤੁਹਾਨੂੰ ਹਰ ਇੱਕ ਪ੍ਰੋਬਲਮ ਵਿੱਚ ਕੱਢਦਾ ਉਹ ਤੁਹਾਡੀ ਵੈਲਥ ਹੈ ਜਿਹੜਾ ਤੁਸੀਂ ਖਰਚ ਲੇ ਉਹ ਤੁਹਾਡੀ ਵੈਲਥ ਨਹੀਂ ਨਾ ਰਹੀ ਬਿਲਕੁਲ ਤੇ ਇਸ ਕਰਕੇ ਮੋਗਨ ਹੌਸਲ ਇਹ ਵੀ ਕਹਿੰਦੇ ਆ ਵੀ ਪੈਸੇ ਤੋਂ ਉੱਤੇ ਵੀ ਜਿਹੜੀ ਕੋਈ ਚੀਜ਼ ਹੈਗੀ ਹੈ ਉਹ ਆ ਤੁਹਾਡਾ ਫਰੀडम ਹਮ ਰੈਪਿਊਟੇਸ਼ਨ ਜੀ ਤੁਹਾਡੀ ਫੈਮਿਲੀ ਮਨ ਦੀ ਸ਼ਾਂਤੀ ਘਰ ਦਾ ਪਿਆਰ ਗੁੱਡ ਹੈਲਥ ਕਿਉਂਕਿ ਅਕਸਰ ਆਪਾਂ ਜਦੋਂ ਲਾਈਫ ਕਾਰਡਨ ਦੀ ਗੱਲ ਕਰਦੇ ਆਂ ਹੂੰ ਵੀ ਹਰ ਚੀਜ਼ ਇੱਕ ਪੌਦਾ ਆ ਹੂੰ ਅਮੀਰੀ ਪੈਸੇ ਤੋਂ ਇਲਾਵਾ ਜਿਹੜਾ ਫ੍ਰੀडम ਦੀ ਆ ਹੂੰ ਗੁੱਡ ਹੈਲਥ ਦੀ ਆ ਬੰਦਾ ਕਿੰਨਾ ਵੀ ਅਮੀਰ ਹੋ ਜੇ ਲੈ ਦੇ ਕੇ ਸੌਂਗੇ ਨਾਤ ਹੋ ਕੇ ਉਹਦੇ ਕੋਲ 8-10 ਘੰਟੇ ਹੀ ਆ ਹੂੰ ਉਹ ਟਾਈਮ ਕਿੱਥੇ ਕਿੱਥੇ ਤੁਸੀਂ ਇਨਵੈਸਟ ਕਰੋਗੇ ਹੂੰ ਇਸ ਕਰਕੇ ਜਿਹੜਾ ਟਾਈਮ ਆ ਉਹ ਸਭ ਤੋਂ ਜ਼ਿਆਦਾ ਕ੍ਰੂਸ਼ੀਅਲ ਹੈ ਬਿਲਕੁਲ ਕਿਉਂਕਿ ਇਹ ਇਹ ਚੀਜ਼ ਕਹੀ ਜਾਂਦੀ ਦੇਖੋ ਕਈ ਕਈ ਵਾਰ ਆਪਾਂ ਜਿਵੇਂ ਹੁਣ ਤੁਸੀਂ ਗੁੱਡ ਹੈਲਥ ਦੀ ਗੱਲ ਕਰਦੇ ਹੋ ਜਾਂ ਅਲੱਗ-ਅਲੱਗ ਇਹ ਸਾਡੀ ਜਾਇਦਾਦ ਹੀ ਆ ਮੈਂ ਬਹੁਤ ਵਾਰ ਐਗਜ਼ਾਮਪਲ ਉਹ ਦੇਣਾ ਹੁੰਦਾ ਹੈ ਜਗਜੀਤ ਸੰਧੂ ਜਿਹੜੇ ਕਲਾਕਾਰ ਆ ਉਹਨਾਂ ਦੀ ਇੱਕ ਇੰਟਰਵਿਊ 'ਚ ਉਹਨਾਂ ਨੇ ਬੜੀ ਸੋਹਣੀ ਗੱਲ ਕੀਤੀ ਕਿਹਿੰਦੇ ਸਾਡੇ ਲੋਕਾਂ ਦੀ ਪ੍ਰੋਬਲਮ ਪਤਾ ਕੀ ਆ ਅਸੀਂ ਅਮੀਰ ਦਿਸਣਾ ਚਾਉਂਨੇ ਆ ਅਮੀਰ ਬੰਨਾ ਨਹੀਂ ਚਾਹੁੰਦੇ ਹੁਣ ਦਿਸਣ ਚ ਤੇ ਬੰਨਣਾ ਚ ਬਹੁਤ ਜ਼ਿਆਦਾ ਫਰਕ ਆ ਲੋਕਾਂ ਨੂੰ ਅਸੀਂ ਆਪਣੀ ਅਮੀਰੀ ਦਿਖਾ ਸਕਦੇ ਆ ਪਰ ਸਾਡੀ ਅਸਲ ਅਮੀਰੀ ਸਾਨੂੰ ਪਤਾ ਹੁੰਦੀ ਵੀ ਸਾਡੇ ਪੱਲੇ ਕਿੰਨਾ ਕਿਆ ਨਾ ਹੁਣ ਜਿੱਦਾਂ ਤੁਸੀਂ ਗੱਲ ਕੀਤੀ ਇੱਥੇ ਲਾਇਬਿਲਟੀ ਤੇ ਐਸੈਟਸ ਦੀ ਬਹੁਤ ਗੱਲ ਹੁੰਦੀ ਆ ਸਾਡੇ ਵਿੱਚ ਅਸੀਂ ਹਮੇਸ਼ਾ ਕਹਿੰਨੇ ਵੀ ਕੋਈ ਨਹੀਂ ਘਰ ਲੈ ਲਿਆ ਸਾਡੀ ਐਸੈਟ ਹੀ ਆ ਉਹ ਇਹ ਵਧੂਗਾ ਇੱਕ ਦਿਨ ਪਰ ਜਿਹੜੇ ਅਸਲੀ ਜਿਹੜੇ ਇਨਵੈਸਟਰਸ ਆ ਉਹ ਕਹਿੰਦੇ ਕਿ ਘਰ ਤੇ ਤੁਸੀਂ ਘੱਟ ਤੋਂ ਘੱਟ ਖਰਚ ਕਰੋ ਕਿਉਂਕਿ ਜਿਹੜਾ ਤੁਹਾਡਾ ਘਾ ਰਿਆ ਉਹ ਤੁਹਾਡੀ ਐਸਟ ਨਹੀਂ ਤੁਹਾਡੀ ਲਾਇਬਿਲਟੀ ਹੈ ਜਿਹਦੇ ਕਾਰਨ ਦੇ ਨਾਲ ਤੁਹਾਡੇ ਇਮੋਸ਼ਨਸ ਜੋੜ ਕੇ ਉਹ ਤੁਸੀਂ ਵੇਚਣ ਲਈ ਨਹੀਂ ਲਿਆ ਟਰੇਡ ਕਰਨ ਲਈ ਨਹੀਂ ਲਿਆ ਇਸ ਕਰਕੇ ਤੁਸੀਂ ਜਿੱਥੇ ਜਾ ਕੇ ਸੋਨਾ ਉੱਥੇ ਘਟ ਤੋਂ ਘਟ ਇਨਵੈਸਟ ਕਰੋ ਇਨਵੈਸਟਮੈਂਟ ਜਿਹੜੀ ਹੈ ਉਹ ਅਮੀਰੀ ਹੈ ਉਹ ਦੂਜੇ ਬੰਨੇ ਆਪਣੀ ਇਨਵੈਸਟਮੈਂਟ ਦੇ ਵਿੱਚ ਤੁਹਾਡੀ ਸੇਵਿੰਗ ਦੇ ਵਿੱਚ ਹੋਣੀ ਚਾਹੀਦੀ ਹੈ ਹਾਂਜੀ ਵੀਰੇ ਇਹਦੇ ਨਾਲ ਹੀ ਰਿਲੇਟਡ ਜਿਹੜਾ ਇੱਕ ਟੌਪਿਕ ਹੈ ਹਮ ਯੂ ਵਿਲ ਚੇਂਜ ਮਾਰਗਨ ਹਾਊਸ ਨੇ ਕਾਫੀ ਡੀਟੇਲ ਚ ਉਹਦੇ ਵਿੱਚ ਦੱਸਿਆ ਵੀ ਜੋ ਵੀ ਸੋਚ ਕੇ ਕਹਿੰਦਾ ਤੁਸੀਂ ਅੱਜ ਪੈਸਾ ਕਮਾ ਰਹੇ ਹੋ ਹੂੰ ਵੀ 10 ਸਾਲ ਬਾਅਦ 15 ਸਾਲ ਬਾਅਦ ਇਸ ਪੈਸੇ ਨਾਲ ਇੱਦਾਂ ਕਰਾਂਗਾ ਜੀ ਬੰਦਾ ਉਦਾਂ ਤਾਂ ਰਹਿੰਦਾ ਹੀ ਨਹੀਂ ਬਿਲਕੁਲ ਬੰਦਾ ਚੇਂਜ ਹੋ ਜਾਂਦਾ ਬਿਲਕੁਲ ਜਿੱਦਾਂ ਆਪਾਂ ਲਾਸਟ ਟਾਈਮ ਗੱਲ ਕਰਦੇ ਸੀ ਕਿ ਕਈ ਵਾਰੀ ਸਾਨੂੰ ਫੇਸਬੁੱਕ ਦੇ ਉੱਤੇ ਸ਼ੋ ਹੋਂਦੀ ਹੈ 11-12 ਸਾਲ ਪੁਰਾਣੀ ਕੋਈ ਪੋਸਟ ਹੂੰ ਤਾਂ ਸਭ ਤੋਂ ਪਹਿਲੇ ਭੱਜ ਕੇ ਜਾ ਕੇ ਉਹਨੂੰ ਡਿਲੀਟ ਕਰਦੇ ਆ ਬਿਲਕੁਲ ਉਦੋਂ بڑے ਮਾਨ ਨਾਲ ਪੋਸਟ ਕੀਤੀ ਹੁੰਦੀ ਹੈ ਹਨ ਹੂੰ ਉਹੀ ਚੇਂਜਸ ਜਿਹੜੇ ਹੁਣ ਤੋਂ ਲੈ ਕੇ 10 ਸਾਲ ਪਹਿਲੇ ਸੀਗੇ ਤੁਹਾਡੇ ਚ ਹੂੰ ਤੇ ਅੱਗੇ ਜਾ ਕੇ ਤਾਂ ਹੋਰ ਵੀ ਚੇਂਜਸ ਆਣਗੇ ਹੂੰ ਅੱਜ ਨਾ ਐਸੇ ਚੀਜ਼ ਤੋਂ ਮੈਨੂੰ ਯਾਦ ਆ ਗਈ ਗੱਲ ਅੱਜ ਸਵੇਰੇ ਮੈਨੂੰ ਇੱਕ ਰੀਲ ਆਪਣੀ ਜਿਹੜੀ ਆ ਉਹ ਮੈਮਰੀਜ਼ ਦੇ ਵਿੱਚ ਸ਼ੋ ਹੋਈ ਤੇ ਮੈਂ ਜਦੋਂ ਉਹ ਰੀਲ ਪਾਈ ਨਾ ਤੋਦੋਂ ਮੈਨੂੰ ਐਂ ਲੱਗਦਾ ਕਿ ਕੀ ਕਿਆ ਬਾਤ ਹੈ ਮੈਂ ਕਿੱਡੀ ਵੇ ਮੈਂ ਰੋਜ਼ ਹੀ ਪਤਾ ਨਹੀਂ ਉਹਨੂੰ ਕਿੰਨੀ ਵਾਰ ਚੈੱਕ ਕਰਦਾ ਵੀ ਬਹੁਤ ਸੋਹਣਾ ਕੀਤਾ ਅੱਜ ਜਦੋਂ ਮੇਰੇ ਸਾਹਮਣੇ ਇਹ ਮੈਂ ਸਭ ਤੋਂ ਪਹਿਲਾਂ ਡਿਲੀਟ ਮਾਰੀ ਕਿਉਂਕਿ ਬਿਲਕੁਲ ਯੂ ਵਿਲ ਚੇਂਜ ਜਿਹੜਾ ਸਮਾਂ ਆ ਸਮਾਂ ਇੰਨਾ ਬਲਵਾਨ ਆ ਕਿ ਤੁਹਾਡੇ ਵਿੱਚ ਚੇਂਜ ਹੋਣੀ ਕੁਦਰਤੀ ਆ ਅੱਜ ਜੋ ਤੁਹਾਡੀ ਤੁਹਾਡੀ ਸਮਰੱਥਾ ਆ ਕੰਮ ਕਰਨ ਦੀ ਸਮਰੱਥਾ ਆ ਤੁਸੀਂ ਅੱਜ ਤੋਂ ਜੇ ਆਪਾਂ 35 35 ਸਾਲ ਚਾਚੋਂ 5 ਸਾਲ ਪਹਿਲਾਂ ਜਿਵੇਂ ਦਾ ਕੰਮ ਕਰਦੇ ਸੀ ਅੱਜ ਨਹੀਂ ਕਰਦੇ ਜਿੰਨਾ ਅਸੀਂ ਅੱਜ ਕੰਮ ਕਰ ਰਹੇ ਆ ਅੱਜ ਤੋਂ 10 ਸਾਲ ਬਾਅਦ ਨਹੀਂ ਕਰ ਪਾਵਾਂਗੇ ਸਾਡੀ ਬੌਧਿਕ ਤੇ ਸਰੀਰਕ ਸ਼ਮਤਾ ਕਟੂਗੀ ਬਦਲ ਹੋ ਰਹੀ ਹੈ ਜਿਹਦਾ ਕਹਿੰਦਾ ਨਾ ਵੀ ਫਿਜ਼ੀਕਲ ਬਿਊਟੀ विल ਚੇਂਜ ਇੰਟੂ ਸਪਿਰਚੁਅਲ ਬਿਊਟੀ ਮਾਇਨੇ ਬਦਲ ਜਾਂਦੇ ਹਰ ਚੀਜ਼ ਦੇ ਬਿਲਕੁਲ ਹੁਣ ਜਿੱਦਾਂ ਆਪਾਂ ਗੱਲ ਕਰਦੇ ਸੀ ਵੀ ਯੂ विल ਚੇਂਜ ਇਹਨੂੰ ਪੰਜਾਬੀ ਦੇ ਵਿੱਚ ਦੋ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਜਾਵੇ ਤੇ ਕਹਿੰਦਾ ਜਦੋਂ ਛੋਲੇ ਮਲੇ ਖਾਨ ਨੂੰ ਤਾਂ ਮੂੰਹ ਚ ਦੰਦ ਨਾ ਰਹਿਦੇ ਫਾਇਦਾ ਕੀ ਸਿਆਣੇ ਲਈ ਗੱਲਾਂ ਨੇ ਨਾ ਉਸੀ ਘੁੰਮ ਪਰ ਗਾਈਂਦੀਆਂ ਜੇ ਤੁਸੀਂ ਜਿੱਦਾਂ ਆਪਾਂ ਕਹਿੰਦੇ ਵੀ ਸਿਆਣੇ ਦੀ ਗੱਲ ਪੱਥਰ ਤੇ ਲਿਖੀ ਹੋਰ ਬੇਸਿਕ ਚੀਜ਼ਾਂ ਤੁਸੀਂ ਚੁੱਕ ਕੇ ਦੇਖੋਗੇ ਨਾ ਹਰ ਪੁਆਇੰਟ ਹਰ ਫਿਲਾਸਫੀ ਆਲੇ ਦੁਆਲੇ ਘੁੰਮਦੀ ਹੈ ਬੇਸਿਕ ਤੁਸੀਂ ਕਿਵੇਂ ਡਾਕਟਰ ਜਦੂ ਸਤੋਲੇ ਕਹਿੰਦਾ ਨਾ ਪਾਣੀ ਪੀਓ ਪਾਣੀ ਪੀਓ ਹਮ ਮਤਲਬ ਆਪ ਨਹੀਂ ਚਲੋਗੇ ਤਾਂ ਦਵਾਈਆਂ ਚਲेंगी ਹਮ ਉਹ ਪਸੀਨਾ ਨਹੀਂ ਨਿਕਲਾ ਤਾਂ ਆंसू ਨਿਕਲਣਗੇ ਹਮ ਬੇਸਿਕਸ ਨੇ ਬਿਲਕੁਲ ਹੈਨਾ ਜੇ ਆਪਾਂ ਉਸੇ ਤਰ੍ਹਾਂ ਜਿਹੜੇ ਮਨੀ ਦੇ ਬੇਸਿਕਸ ਹੈ ਉਹ ਇਹ ਵੀ ਮਾਰਗਨ ਹਾਊਸਲ ਸਭ ਤੋਂ ਜ਼ਿਆਦਾ ਉਹਨੇ ਇਸ ਚੀਜ਼ ਦੇ ਉੱਤੇ ਪ੍ਰੈਸ਼ਰ ਦਿੱਤਾ ਕਿ ਜੇ ਤੁਸੀਂ ਸੋਰੀ ਉੱਠਦੇ ਹੋ ਹਮ ਐਨ ਯੂ ਕੈਨ ਡੂ ਵਾਟ ਯੂ ਵਾਂਟ ਟੂ ਡੂ ਬੜੀ ਮੈਂ ਇਧਰ ਨੂੰ ਜਾਣਾ ਮੈਂ ਆ ਕੰਮ ਕਰਨਾ ਮੈਂ ਜਿਮ ਜਾਣਾ ਜਾਂ ਕਿਸੇ ਰਿਸ਼ਤੇਦਾਰ ਨੂੰ ਮਿਲਣਾ ਮਾਦਾ ਪਟਾ ਫਰੀडम ਹੈ ਫਰੀडम ਹੋਵੇ ਜ਼ਿੰਦਗੀ ਦੇ ਵਿੱਚ ਤੁਸੀਂ ਕੁਝ ਵੀ ਕਰ ਸਕਦੇ ਹੋ ਜਿੱਦੜ ਕੋ ਟਾਈਮ ਤੇ ਕੰਟਰੋਲ ਹੈ ਉਹ ਕਹਿੰਦਾ ਵੀ ਉਹ ਚੀਜ਼ ਪੈਸੇ ਤੋਂ ਵੀ ਉੱਪਰ ਹੈ ਮੰਨ ਲਓ ਕਿ ਤੁਸੀਂ ਵੀਕ ਦੇ ਬੇ ਤਹਾ ਪੈਸੇ ਕਮਾ ਰਹੇ ਹੋ ਪਰ ਤੁਹਾਡ ਕੋ ਜਿਹੜਾ ਪੰਜਾਬੀ ਜੀਆ ਦੇ ਬਜ਼ਾਹਰ ਖਾਨ ਕੋ ਟਾਈਮ ਨਹੀਂ ਹੈਗਾ ਟਾਈਮ ਨਹੀਂ ਹੈਗਾ ਉਹ ਫਿਰ ਉਹ ਬਾਅਦ ਚ ਹੀ ਗੱਲ ਕਰਾਂਗੇ ਕਿਦਾਂ ਉਹ ਚੀਜ਼ਾਂ ਤੁਹਾਨੂੰ ਡਿਪਰੈਸ਼ਨ ਚ ਲੈ ਜਾਂਦੀਆਂ ਨੇ ਤੇ ਫਰੀडम ਜਾਂ ਤੁਹਾਡੀ ਰੈਪਿਊਟੇਸ਼ਨ ਜਾਂ ਤੁਹਾਡੀ ਫੈਮਿਲੀ ਤੁਹਾਡੀ ਹੈਲਥ ਕਹਿੰਦਾ ਇਸ ਚੀਜ਼ ਦੇ ਨਾਲ ਕਦੀ ਕੰਪਰਮਾਈਜ਼ ਨਾ ਕਰੋ ਹੁਣ ਜਿੱਦਾਂ ਆਪਾਂ ਨਵੇਂ ਨਵੇਂ ਆਏ ਪਰ ਟੈਕਸੀਆਂ ਚਲਾਉਣ ਲੱਗੇ ਹਮ ਸੱਤੇ ਦਿਨ ਸੱਤ ਪੇ ਤੇ ਟੈਕਸੀਆਂ ਚੱਕ ਲਈਆਂ ਹਨ ਮੈਨੂੰ ਯਾਦ ਆ ਜੇ ਮੈਨੂੰ ਇੱਕ ਸਵਾਰੀ ਬਿਟੀ ਮੈਨੂੰ ਕਹਿੰਦਾ ਇਜ਼ ਇਟ ਗੁੱਡ ਮਨੀ ਮੈਂ ਬੜੇ ਮਾਨ ਲਈ ਹੈ ਇਟਸ ਗੁੱਡ ਮਨੀ ਤੇ ਕਹਿੰਦਾ ਇਫ ਇਟ ਇਸ ਕਾਸਟ ਯੂਰ ਹੈਲਥ ਇਟਸ ਨਥਿੰਗ ਬਿਲਕੁਲ ਅੱਜੂ ਗੱਲਾਂ ਸਮਝ ਲੱਗਦੀਆਂ ਸਮਝ ਲੱਗਦੀਆਂ ਬਿਲਕੁਲ ਜਦੋਂ ਮੈਨੂੰ ਬੈਕ ਦੀ ਪ੍ਰੋਬਲਮ ਆਈ ਐਲ 4 ਐਲ 5 ਤੇ ਸਰਕਲ ਚ ਪਤਾ ਲੱਗ ਗਿਆ ਆਪਣੇ ਜਿੱਸੀ ਦੇ ਬੈਕ ਪੇਨ ਹੋਣ ਲੱਗੀ ਆ ਪਰ ਟੈਕਸੀ ਛੱਡ ਤੁਸੀਂ ਯਕੀਨ ਨਹੀਂ ਮਰੋ ਕਿ ਇੰਨੇ ਕ ਫੋਨ ਆਉਂਦੇ ਮੈਨੂੰ ਹਮ ਬੜਾ ਹੌਲੀ ਹੌਲੀ ਸਾਰੇ ਬੰਦੇ ਉਧਰੋਂ ਤੁਰੇ ਆ ਵੀ ਸਾਡੇ ਐਲਫੇਚ ਪ੍ਰੋਬਲਮ ਹੈ ਐਲਫੇਚ ਹੈ ਕਿ ਤੁਸੀਂ ਕਿੱਥੇ ਗਏ ਕਿ ਕਿਹੜਾ ਸੀਗਾ ਮੈਂ ਤੁਸੀਂ ਟੈਕਸੀ ਦੀ ਗੱਲ ਕੀਤੀ ਹੈ ਮੈਨੂੰ ਯਾਦ ਆ ਜਦੋਂ ਮੈਂ ਟੈਕਸੀ ਚਲਾਉਣੀ ਸ਼ੁਰੂ ਕੀਤੀ ਨਾ ਇੱਥੇ ਆ ਕੇ ਤੇ ਉਹ ਕੈਮਰੀ ਹੁੰਦੀ ਸੀ ਕੈਮਰੀ ਹਾਲਾਂਕਿ ਬਹੁਤ ਵਧੀਆ ਗੱਡੀ ਹੈ ਹਨ ਪਰ ਜਦੋਂ ਮੈਨੂੰ ਲੱਗਦਾ ਕਿ ਚਲਾਉਂਦਿਆਂ ਮੈਨੂੰ 1.5 ਮਹੀਨਾ ਹੋਇਆ ਤਾਂ ਮੇਰੇ ਸੱਜੀ ਜਿਹੜੀ ਲੱਤ ਹੈ ਉਹਦੇ ਵਿੱਚੋਂ ਦਰਦ ਨਿਕਲ ਨਹੀਂ ਰਿਹਾ ਸੀ ਹਾਂ ਬਿਲਕੁਲ ਪੇਟ ਤੋਂ ਨਿਕਲ ਕੇ ਪੈਰ ਤੱਕ ਜਾਂਦੀ ਸੀ ਮੈਨੂੰ ਉਸਦੇ ਨਹੀਂ ਫੀਲ ਹੋਇਆ ਮੈਂ ਮੈਂ ਕਿਹਾ ਜੇ ਤਾਂ ਇਹ ਕੰਮ ਇਦਾਂ ਹੀ ਕਰਦੇ ਰਹੇ ਤੇ ਆਪਣੇ ਵੱਲ ਧਿਆਨ ਨਾ ਦਿੱਤਾ ਤੇ ਮੇਰਾ 500 ਸਾਲ ਹੀ ਆ ਜਦੋਂ ਉਸ ਤੋਂ ਬਾਅਦ ਪੈਸਾ ਜਰੂਰ ਹੋਊਗਾ ਪਰ ਸੇਤ ਨਹੀਂ ਹੋਣੀ ਕੋਲ ਉਸ ਦਿਨ ਆਪਾਂ ਆਪਾਂ ਹਮੇਸ਼ਾ ਜਿੰਮ ਦੀ ਗੱਲ ਕਰਦੇ ਆ ਕਿ ਜਿੰਮ ਜਿਹੜਾ ਆ ਉਹ ਕਿੰਨਾ ਜ਼ਿਆਦਾ ਜ਼ਰੂਰੀ ਆ ਇਸ ਕਰਕੇ ਜਿਹੜੀ ਮੈਂਟਲ ਹੈਲਥ ਆ ਜਾਂ ਤੁਹਾਡੀ ਫਿਜ਼ੀਕਲ ਹੈਲਥ ਆ ਉਹ ਪੈਸੇ ਨੂੰ ਕਿਤੇ ਵਾਧੇ ਅੱਜ ਦੇ ਜਮਨ ਜਿ ਤੁਸੀਂ ਦੇਖੋ ਕੋਈ ਬੰਦਾ ਕਹਿੰਦਾ ਜੀ 2 ਮਿਲੀਨ ਦੀ ਪ੍ਰੋਪਰਟੀ ਲੈ ਲਈ ਕੋਈ ਕਹਿੰਦਾ 4 ਦੇ ਲੈ ਲਈ ਕੋਈ ਕਹਿੰਦਾ ਹਣਾ ਚਲੋ ਕੋਈ ਜੀ ਸੱਤ ਕੇ ਲੋ ਸਾਰਾ ਕੁਝ ਕਰੋ ਬਟ ਜਿਹੜੀ ਸਭ ਤੋਂ ਤਗੜੀ ਇਨਵੈਸਟਮੈਂਟ ਆ ਉਹ ਮੇਰੇ ਖਿਆਲ ਨਾਲ ਜਿਹੜੇ ਤੁਸੀਂ ਹੈਲਥ ਤੇ ਖਰਚ ਕਰਦੇ ਹੋ ਤੇ ਜਿਮ ਜਾ ਕੇ ਜਿਹੜੇ ਪੈਸੇ ਦੇ ਦਿੱਤੇ ਜਾਂ ਤੁਸੀਂ ਹੋਰ ਕੋਈ ਗੇਮ ਜੁਆਇਨ ਕਰ ਲਈ ਜਿਹੜਾ ਤੁਸੀਂ ਆਪਣੀ ਹੈਲਥ ਤੇ ਉਹ ਇਨਵੈਸਟਮੈਂਟ ਕੀਤੀ ਨਾ ਉਹ ਤੁਹਾਡੀ ਵਨ ਆਫ ਦਾ ਬੈਸਟ ਇਨਵੈਸਟਮੈਂਟ ਆ ਮੰਨ ਲਓ ਤਾਂ ਉਹ ਇੱਕੋ ਇੱਕ ਐਸੀ ਇਨਵੈਸਟਮੈਂਟ ਹੈ ਜਿਹਦੀ 100% ਰਿਟਰਨ ਆ ਹੋਰ ਜਿੱਦਾਂ ਦੀ ਆ ਮਰਜ਼ੀ ਚਾਹੇ ਆਪਾਂ ਰੀਅਲ ਏਸਟੇਟ ਨੂੰ ਸੇਫੇਸਟ ਇਨਵੈਸਟਮੈਂਟ ਮੰਨਦੇ ਪਰ ਉਹ ਵੀ 100% ਨਹੀਂ ਤੁਹਾਨੂੰ ਪਤਾ ਨਹੀਂ ਤੁਹਾਨੂੰ ਕਦੋਂ ਸੌਦਾ ਜਿਹੜਾ ਆ ਮਾੜਾ ਟੱਕਰ ਜਾਣਾ ਕਦੋਂ ਇਹੋ ਜੀ ਚੀਜ਼ ਹੋ ਜੈਨੀ ਜਿਹਦੇ ਵਿੱਚ ਤੁਹਾਡੀ ਜਿਹੜੀ ਕਿੰਨਨ ਦੇ ਕੈਪੀ ਇੱਕੋ ਇੱਕ ਜਿਹੜੀ ਫਿਜ਼ੀਕਲ ਇਨਵੈਸਟਮੈਂਟ ਹੈ ਤੁਹਾਡੀ ਹੈਲਥ ਦੀ ਇਨਵੈਸਟਮੈਂਟ ਹੈ ਚਾਹੇ ਮੈਡੀਕੇਸ਼ਨ ਮੈਡੀਟੇਸ਼ਨ ਕਰਦੇ ਹੋ ਤੁਸੀਂ ਚਾਹੇ ਚਾਹੇ ਤੁਸੀਂ ਰਨਿੰਗ ਵਾਕਿੰਗ ਚਾਹੇ ਗੇਮ ਕੋਈ ਖੇਡਦੇ ਹੋ ਚਾਹੇ ਜਿਮ ਜਾਂਦੇ ਹੋ ਪਰ ਜਿਹੜਾ ਉਹ ਮੀ ਟਾਈਮ ਹੁੰਦਾ ਹੈ ਕਿਉਂਕਿ ਜਿਹੜੇ ਇਹ ਅਸਲ ਖੇਡ ਆਪਾਂ ਫੇਰ ਉਹੀ ਗੱਲ ਕਰਦੇ ਅਸਲ ਖੇਡ ਇਹ ਨਹੀਂ ਕਿ ਤੁਸੀਂ ਸਰੀਰ ਨੂੰ ਤੁਹਾਡੇ ਮਸਲ ਕਿੰਨੇ ਕ ਬਣਿਆ ਅਸਲ ਖੇਡ ਇਹ ਹੈ ਕਿ ਤੁਹਾਡਾ ਦਿਮਾਗ ਕਿੰਨਾ ਕ ਤੰਦਰੁਸਤ ਹੈ ਦੇਖੋ ਵੀ ਹੈਲਥੀ ਮਾਈਂਡ ਰੈਸਾਈਡਸ ਇਨ ਅ ਹੈਲਥੀ ਬੋਡੀ ਬਿਲਕੁਲ ਜਿੱਦਾਂ ਆਪਾਂ ਗੱਲ ਕੀਤੀ ਸੀਗੀ ਬੈਕ ਪੇਨ ਦੀ ਹੂੰ ਡਿਟੇਲ ਚ ਤੁਹਾਨੂੰ ਡਾਕਟਰ ਸਮਝਾ ਦੇਣਗੇ ਜੇ ਰੱਬ ਨਾ ਕਰੇ ਤੁਹਾਨੂੰ ਕਿਤੇ ਲੋਡ ਪਵੇ ਹੂੰ ਮੋਟਾ ਮੋਟਾ ਮੈਂ ਦੱਸ ਦਾਨ ਹੂੰ ਜਿਹੜਾ ਕਹ ਲੋ ਵੀ ਸਰੀਰਕ ਦਾ ਜਿਹੜਾ ਹੈੱਡ ਕੁਆਟਰ ਹੁੰਦਾ ਨਾ ਹੂੰ ਉਹ ਤੁਹਾਡਾ ਜਿਹੜਾ ਲੋਅਰ ਬੈਕ ਜਿਹਨੂੰ ਲੰਬਰ ਕਹਿੰਦੇ ਹੂੰ ਉਹਦੇ ਜਿਹੜੀ ਸਭ ਤੋਂ ਦੋ ਮੇਨ ਨਾੜਾਂ ਨਿਕਲਦੇ ਨੇ S1 ਤੇ S2 ਹੂੰ ਜਦੋਂ ਆਪਾਂ ਬੈਠੇ ਰਹਿੰਦੇ ਆ ਜਿਹਦਾ ਮੂਵਮੈਂਟ ਨਹੀਂ ਕਰਦੇ ਉਸ ਸਟਿਫ ਹੋ ਜਾਂਦਾ ਮਸਲ ਹੂੰ ਜਦੋਂ ਸਟਿਫ ਹੋ ਜਾਂਦੇ ਫਿਰ ਆਪਸ ਚ ਰਗੜਦੇ ਆ ਹੂੰ ਰਗੜਦੇ ਫਿਰ ਜਿੱਦ ਆਪਾਂ ਟੂਥਪੇਸ ਦੇ ਵਿੱਚੋਂ ਪੇਸਟ ਨਿਕਲਦੀ ਨਾ ਉਦਾਂ ਦੀ ਉਹਨਾਂ ਚੋਂ ਪੇਸਟ ਨਿਕਲਦੀ ਹੂੰ ਤੇ ਉਹ ਜਿਹੜੀ ਤੁਹਾਡੀ ਨਰਵਸ ਨੂੰ ਲੱਗਦੀ ਹੈ ਹੂੰ ਤੁਹਾਡਾ ਕਹ ਲਓ ਵੀ ਤਾਣਾ ਬਾਣਾ ਖਰਾਬ ਹੁੰਦਾ ਇਹਨੂੰ ਪੰਜਾਬੀ ਚ ਮਣ ਕੇ ਕਈ ਕੁਛ ਕਹਤ ਨੇ ਹਨਾ ਸਿਆਟਿਕ ਨਰਵ ਜਿਹੜੀ ਤੁਹਾਡੀ ਲੱਕ ਤੋਂ ਲੈ ਕੇ ਅੱਡੀ ਤੱਕ ਜਾਂਦੀ ਦੂਜੀ ਤੁਹਾਡੀ ਜਾਂਦੀ ਹੈ ਸਰਵਾਈਕਲ ਵੱਲ ਹੂੰ ਜਿੱਦੀ ਦਿਮਾਗ ਨੂੰ ਸਰਕਾਰਦੀ ਹੈ ਤੇ ਕਹ ਲਓ ਵੀ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਰਾ ਤੁਹਾਡਾ ਢਾਂਚਾ ਜਿਹੜਾ ਵਾ ਜਿਹੜੇ ਮਸਲਸ ਨਾਲ ਜੁੜੇ ਬਿਲਕੁਲ ਹੈਨਾ ਬਾਕੀ ਜਦੋਂ ਮੈਂ ਕਿਹਾ ਡਿਟੇਲ ਜੇ ਤੁਹਾਨੂੰ ਡਾਕਟਰ ਸਮਝਾ ਦੇਗਾ ਬਟ ਜੇ ਤੁਹਾਡੀ ਕੋਰ ਸਟਰੋਂਗ ਹੈ ਬੇਸਿਕਲੀ ਜਿਹੜੇ ਤੁਹਾਡੇ ਅਹਿਮ ਮਸਲ ਹੁੰਦੇ ਇਹਨਾਂ ਨੇ ਲੱਕ ਨੂੰ ਫੜਿਆ ਹੁੰਦਾ ਜਦੋਂ ਬੈਲੀ ਬਣ ਜਦੀ ਬੰਦੇ ਦੀ ਤੇ ਉਹ ਮਸਲ ਸਟਿੱਲੇ ਹੋ ਜਾਂਦੇ ਤੇ ਜਿਹੜੀ ਤੁਹਾਡੀ ਸਪਾਈਨ ਹੈ ਸਪਾਈਨ ਦਾ ਕੰਮ ਹੁੰਦਾ ਮੂਵਮੈਂਟ ਦਾ ਤੇ ਤੁਹਾਡੇ ਜਿਹੜੇ ਕੋਰ ਮਸਲਸ ਹੁੰਦੇ ਸਾਈਡ ਤੇ ਗਲੂਟਨ ਮਸਲਸ ਉਨਾ ਦਾ ਹੁੰਦਾ ਜਦਾ ਢਾਂਚਾ ਦਾ ਨਾ ਸਰੀਰ ਚੱਕਣਾ ਜਦੋਂ ਉਹ ਵੀਕ ਹੋ ਜਾਂਦਾ ਗਲੂਟ ਮਸਲ ਵੀਕ ਹੋ ਜਾਂਦੇ ਸਾਰਾ ਭਾਰ ਪੈ ਜਾਂਦਾ ਸਪਾਈਨ ਤੇ ਸਪਾਈਨ ਕਿੰਦੀ ਮੇਰਾ ਤਾਂ ਕੰਮ ਨਹੀਂ ਥੋੜੇ ਚੱਲੀਓ ਕਰਦੇ ਕੰਮ ਹਨ ਬਿਲਕੁਲ ਉਹਦਾ ਮੋਬਿਲਿਟੀ ਦਾ ਕੰਮ ਆ ਉਹਦਾ ਕੰਮ ਹੋਲਡ ਕਰਨ ਦਾ ਨਹੀਂ ਉਹ ਤੁਹਾਡੇ ਗਲੂਟ ਮਸਲਸ ਨੇ ਹੋਲਡ ਕਰਨ ਦਾ ਬਸ ਉਹ ਤੋਂ ਫੇਰ ਸਾਰੀ ਕਰ ਬਸ ਉਹੀ ਗੱਲ ਆ ਫਿਰ ਉਸ ਚੀਜ਼ ਦਾ ਧਿਆਨ ਕਿਉਂਕਿ ਅਸੀਂ ਕਈ ਵਾਰ ਨਿੱਕੇ ਨਿੱਕੇ ਚੀਜ਼ਾਂ ਨਜ਼ਰ ਅੰਦਾਜ਼ ਕਰ ਜਾਂਦੇ ਆ ਤੇ ਉਹ ਜਿਹੜੀਆਂ ਸਾਨੂੰ ਬਾਅਦ ਚੋਂ ਪੈਸੇ ਨਾਲ ਵੀ ਤੇ ਸਾਡੀ ਹੈਲਥ ਨਾਲ ਵੀ ਉਸ ਚੀਜ਼ ਦਾ ਖਮਿਆਜਾ ਭੁਗਤਣਾ ਪੈਂਦਾ ਆ ਪਰ ਜਿੱਦਾਂ ਆਪਾਂ ਇੱਥੇ ਗੱਲ ਕਰ ਰਹੇ ਆਂ ਵੀ ਫ੍ਰੀडम ਜਿਹੜੀ ਆ ਫ੍ਰੀडम ਆਉਂਦੀ ਆ ਕਿ ਜੇ ਤੁਸੀਂ ਉਸ ਮਨੀ ਦੀ ਸਾਈਕੋਲੋਜੀ ਨੂੰ ਸਮਝਦੇ ਹਾਂ ਇੱਕ ਕਿਤਾਬ ਉਹਦੇ ਆਲੇ ਦੁਆਲੇ ਘੁੰਮਦੀ ਆ ਕਿਉਂਕਿ ਆਪਾਂ ਇੱਕ ਪਹਿਲਾ ਪ੍ਰੋਗਰਾਮ ਜਦੋਂ ਆਪਾਂ ਕੀਤਾ ਸੀ ਉਦੋਂ ਵੀ ਆਪਾਂ ਏਸ ਚੀਜ਼ ਤੇ ਹੀ ਗੱਲ ਕੀਤੀ ਸੀ ਕਿ ਕਿੱਦਾਂ ਜਿਹੜਾ ਉਹ ਮੈਂਟਲ ਪ੍ਰੈਸ਼ਰ ਆ ਉਹ ਤੁਹਾਨੂੰ ਡਿਪਰੈਸ਼ਨ ਵੱਲ ਧੱਕਦਾ ਆ ਤੁਹਾਨੂੰ ਜਿਹੜਾ ਸ਼ੌਕ ਵੱਲ ਧੱਕਦਾ ਆ ਤੁਸੀਂ ਫਿਰ ਆਪਣਾ ਕਈ ਵਾਰ ਸਮਾਂ ਲੰਗੇ ਤੋਂ ਸਮਝ ਆਉਂਦੀ ਹੈ ਤੇ ਉਦੋਂ ਸਾਡੇ ਹੱਥ 'ਚ ਕੁਝ ਨਹੀਂ ਹੁੰਦਾ ਦੇਖੋ ਵੀਰੇ ਤੁਹਾਨੂੰ 1000 ਪ੍ਰੋਬਲਮਸ ਨੇ ਹਮ 1000 ਪ੍ਰੋਬਲਮਸ ਆ ਤੁਹਾਨੂੰ ਹੈਲਥ ਪ੍ਰੋਬਲਮ ਬਿਲਕੁਲ ਫਿਰ ਤੁਹਾਨੂੰ 1000 ਪ੍ਰੋਬਲਮਸ ਹੋਲ ਜਾਣੀਆਂ ਘਟ ਜਾਣੀਆਂ ਆ ਸਿਰਫ ਇੱਕੋ ਪ੍ਰੋਬਲਮ ਯਾਦ ਰਹੇ ਨੀਆਂ ਹੈਲਥ ਪ੍ਰੋਬਲਮ ਹੈਲਥ ਪ੍ਰੋਬਲਮ ਹੂੰ ਕਹਿੰਦੇ ਹੈਲਥੀ ਬੰਦਾ ਇੱਕ ਤਾਜ ਪਹਿਨਦਾ ਹੂੰ ਜਿਹੜਾ ਸਿਰਫ ਸਿੱਕ ਬੰਦੇ ਨੇ ਅਨ ਹੈਲਥੀ ਬੰਦੇ ਨੂੰ ਦਿਖਾਈ ਦਿੰਦਾ ਹੂੰ ਪਰ ਇਹ ਚੀਜ਼ ਡੂੰਘਾਈ ਚ ਜਾ ਕੇ ਸਮਝਣ ਦੀ ਲੋੜ ਆ ਵੀ ਇਹ ਪ੍ਰੋਬਲਮਸ ਕਿਉਂ ਆਉਂਦੀਆਂ ਹਾਂ ਹਾਂਜੀ ਇੱਕ ਦੇ ਵਿੱਚ ਬੜਾ ਵੱਡਾ ਟ੍ਰੋਪਿਕ ਹੈ ਮੇਰਾ ਫੇਵਰਟ ਹੈ ਕਹਿੰਦਾ ਨਾਥਿੰਗ ਇਜ਼ ਫਰੀ ਹੂੰ ਕਹਿੰਦਾ ਇਫ ਦਾ ਪ੍ਰੋਡਕਟ ਇਜ਼ ਫਰੀ ਹੂੰ ਯੂ ਆਰ ਦਾ ਪ੍ਰੋਡਕਟ ਹੂੰ ਉਹਦੇ ਵਿੱਚ ਮੋਗਨ ਹਾਊਸਲ ਨੇ ਤਿੰਨ ਤਿੰਨ ਐਗਜ਼ਾਮਪਲ ਦੱਸਿਆ ਉਹਨਾਂ ਨੇ ਕਹਿੰਦੇ ਜੇ ਤੁਸੀਂ ਕਾਰ ਲੈਣੀ ਹੈ ਪਹਿਲੀ ਆਪਸ਼ਨ ਇਹ ਹੈ ਵੀ ਤੁਸੀਂ ਬ੍ਰੈਂਡ ਨਿਊ ਕਾਰ ਲੈ ਲਓ ਹੂੰ ਉਹਦੀ ਕਿਸ਼ਤ ਮੋਟੀ ਬਣਣੀ ਹੈ ਨਾ ਨਵੀਂ ਕਾਰ ਆਪੀਸ ਲਈ ਕਹਿੰਦਾ ਜੀ ਪੈਸੇ ਬਚਾਉਣੇ ਆ ਦੂਜੀ ਆਪਸ਼ਨ ਹੈ ਸੈਕੰਡ ਹੈਂਡ ਕਾਰ ਲੈ ਲਓ ਮਾਰਕੀਟ ਪਲੇਸ ਤੋਂ ਕਿਤੇ ਹੋਵੇ ਨਾ ਉੱਚ ਤੁਹਾਡੇ ਅੱਧੇ ਪੈਸੇ ਲੱਗਣਗੇ ਹੂੰ ਕਹਿੰਦਾ ਇੱਕ ਹੋਰ ਬੜੀ ਵਧੀਆ ਆਪਸ਼ਨ ਹੈ ਚੋਰੀ ਕਰ ਲਓ ਫ੍ਰੀ ਹੈ ਬਟ 99% ਲੋਕਾਂ ਨੂੰ ਪਤਾ ਹੁੰਦਾ ਵੀ ਇਹ ਫ੍ਰੀ ਨਹੀਂ ਹੈ। ਹੂੰ ਇਹ ਇਹ ਜਿਹੜੇ ਭਾਅ ਵੇਖਣੀ ਹੈ ਬਾਅਦ ਵਿੱਚ ਭਾਗ ਵਿਗੜੀ ਨਾ ਬਾਅਦ ਚ ਕਿਉਂਕਿ ਇੰਨੀ ਕਿ ਸਮਝ ਹਰ ਇੱਕ ਬੰਦੇ ਨੂੰ ਹੁੰਦੀ ਆ। ਬਟ ਜਿਹੜੀ ਕਈ ਹੋਰ ਚੀਜ਼ਾਂ ਹੁੰਦੀ ਜਿੱਨਾ ਉਤੇ ਪ੍ਰਾਈਸ ਟੈਗ ਨਹੀਂ ਹੁੰਦਾ ਡਾਲਰ ਸਾਈਨ ਨਹੀਂ ਹੁੰਦਾ ਆਪ ਨੂੰ ਲੱਗਦੀਆਂ ਨੇ ਫ੍ਰੀ ਹੈ। ਹੂੰ ਉਹ ਫ੍ਰੀ ਨਹੀਂ ਹੁੰਦੀ ਆ। ਜੀ। ਉਹਦੇ ਵਿੱਚ ਉਹਨੇ ਚਾਰ ਚੀਜ਼ਾਂ ਦਸੀਆਂ। ਇੱਕ ਤਾਂ ਸਿਰਪੀੜ। ਹੂੰ ਇੱਕ ਦਚੁੱਤੀ। ਪਤਾ ਨਹੀਂ ਸਵੇਰੇ ਉੱਠ ਕੇ ਵਰਕਰ ਨੇ ਆਉਣਾ ਨਹੀਂ ਆਉਣਾ ਕੀ ਹੋਣਾ ਨਹੀਂ ਹੋਣਾ ਹਨਾ। ਹੂੰ ਇੱਕ ਹੈਗੀ ਆ ਗੁੱਸਾ ਹੂੰ ਗੁੱਸਾ ਵੀ ਬੰਦੇ ਨੂੰ ਹੁੰਦਾ ਨਾ ਵੀ ਉਹ ਕਿਉਂਕਿ ਆਪਣੇ ਐਕਸ਼ਨਸ ਤੇ ਸਾਡਾ ਕੰਟਰੋਲ ਹੈਗਾ ਕਿਸੇ ਰਿਐਕਸ਼ਨ ਤੇ ਸਾਡਾ ਕੰਟਰੋਲ ਨਹੀਂ ਹੈਗਾ ਹਣਾ ਉਹ ਕਹਿੰਦਾ ਵੀ ਇਹ ਚੀਜ਼ਾਂ ਜਦੋਂ ਤੁਹਾਨੂੰ ਨਾਲ ਦਾਅ ਚ ਮਿਲਦੀਆਂ ਮੰਨ ਲਓ ਕਿ ਤੁਹਾਡੇ ਕੋਲ ਚਾਰ ਕੌਂਟਰੈਕਟ ਨੇ ਠੀਕ ਹੈ ਨਾ ਤੁਹਾਨੂੰ ਚਾਰ ਹੋਰ ਮਿਲ ਗਏ ਉਹਨੇ ਕਹਿੰਦਾ ਭਾਜੀ ਫ੍ਰੀ ਮਿਲ ਰਹੇ ਆ ਚੱਕ ਲੋ ਸਾਨੂੰ ਫ੍ਰੀ ਲੱਗਦੇ ਹੂੰ ਪਰ ਉਹਦੇ ਨਾਲ ਜਿਹੜੀ ਸਿਰਪੀੜ ਆਉਣੀ ਹੈ ਜਿਹੜੀ ਦਚਿੱਤੀ ਆਉਣੀ ਜਿਹੜਾ ਗੁੱਸਾ ਰਿਗਰੈਟ ਚੌਥੀ ਚੀਜ਼ ਹੁੰਦੀ ਰਿਗਰੈਟ ਯਾਰ ਮੈਂ ਆ ਨਾ ਲੈਂਦਾ ਮੈਂ ਆ ਨਾ ਕਰਦਾ ਪਰ ਮੈਂ ਕੋਈ ਛੋਟੀ ਮੋਸ਼ਨ ਲੈ ਵੀ ਆ ਟਰੱਕ ਵੀ ਜੇ ਨਾ ਹੀ ਲੈਂਦਾ ਹੁਣ ਮੈਂ ਫਸ ਗਿਆ ਹਣਾ ਹੂੰ ਰਿਗਰੈਟ ਹੂੰ ਗੁੱਸਾ ਸਿਰਪੀੜ ਤੇ ਦਚਿੱਤੀ ਵੀ ਤੁਹਾਨੂੰ ਪਤਾ ਹੀ ਨਹੀਂ ਵੀ ਨੈਕਸਟ ਮੂਮੈਂਟ ਕੀ ਹੋਣਾ ਕਿਉਂਕਿ ਜਿਸ ਹਾਵਨਾ ਅੱਜਕੱਲ ਫਾਈਨੈਂਸ਼ੀਅਲ ਰੋਲਰ ਕੋਸਟਲ ਚੱਲ ਰਹੇ ਹਨ ਕੁਝ ਪਤਾ ਨਹੀਂ ਕੀ ਹੋਣਾ ਤੇ ਇਸ ਕਰਕੇ ਇਹ ਚੀਜ਼ਾਂ ਜਿਹੜੀ ਤੁਹਾਨੂੰ ਫ੍ਰੀ ਲੱਗਦੀਆਂ ਨੇ ਉਹ ਫ੍ਰੀ ਨਹੀਂ ਹੁੰਦੀ। ਉਹ ਤੇ ਪ੍ਰਾਈਸ ਟੈਗ ਨਹੀਂ ਹੁੰਦਾ। ਸਿਮਿਲਰਲੀ ਉਹ ਕਾਰਾਂ ਵੀ ਜਿਹੜੀਆਂ ਆਪਾਂ ਨੂੰ ਲੱਗਦੀਆਂ ਵੀ ਚੱਕ ਲੋਪ ਤੇ ਫ੍ਰੀ ਪਈ ਐ। ਪਰ ਉਹਦੇ ਜਿਹੜੇ ਘਾਤਕ ਸੱਟੇ ਉਹ ਬਾਅਦ ਚ ਪਤਾ ਲੱਗਦੇ ਆ। ਇਹ ਫੇਰ ਉਸੇ ਚੀਜ਼ ਨਾਲ ਹੀ ਲਿੰਕ ਹੁੰਦੀ ਨਾ ਬਾਈ ਜਿਹੜੇ ਆਪਾਂ ਅੱਗੇ ਗੱਲ ਕੀਤੀ ਆ ਕਿ ਐਸੈਟ ਆ ਕਿ ਲਾਇਬਿਲਟੀ ਆ ਜਿਹਦੇ ਵਿੱਚ ਬੀਇੰਗ ਰਿਚ ਜਾਂ ਵੈਲਥੀ ਹਨਾ ਕਿਉਂਕਿ ਅਸੀਂ ਕਈ ਵਾਰ ਲਗਜ਼ਰੀ ਵੱਡੀ ਤੋਂ ਵੱਡੀ ਗੱਡੀ ਲੈ ਲੈਨੇ ਆ ਕਿ ਸਾਨੂੰ ਲੱਗਦਾ ਕਿ ਇਹ ਸਾਡੀ ਰਿਚਨੈਸ ਸ਼ੋਅ ਕਰਦੀ ਆ। ਪਰ ਉਹ ਅਸਲ ਦੇ ਵਿੱਚ ਤੁਹਾਡਾ ਉਹ ਜਿਹੜਾ ਤੁਸੀਂ ਪੈਸਾ ਜੇ ਕਰੋੜ ਰੁਪਈਆ ਇੱਕ ਗੱਡੀ ਤੇ ਖਰਚਤਾ ਦੋ ਤਾਂ ਤੁਹਾਡਾ ਕਰੋੜ ਰੁਪਈਆ ਗਿਆ 1 ਕਰੋੜ ਰੁਪਈਆ ਤੁਹਾਡਾ ਬੈਂਕ ਦੇ ਵਿੱਚ ਪਿਆ ਹੁੰਦਾ ਤੇ ਉਹ ਤੁਹਾਨੂੰ ਪਤਾ ਕਿ ਮੇਰੇ ਔਖੇ ਵੇਲੇ ਚ ਆਹ ਇਹ ਵੀ ਇੱਕ ਤੱਥ ਹੈ ਕਿ ਜਿਹੜਾ ਬੈਂਕ ਚ ਪਿਆ ਉਹ ਵੀ ਆਪਣੇ ਆਪ ਚ ਘਟਦਾ ਪਰ ਉਸ ਕਰੋੜ ਰੁਪਏ ਨੂੰ ਕਿਤੇ ਤੁਸੀਂ ਇਨਵੈਸਟ ਕੀਤਾ ਹੁੰਦਾ ਕੰਪਾਉਂਡਿੰਗ ਕੀਤੀ ਹੁੰਦੀ ਹੈ ਕਰੰਟ ਐਸੈਟ ਜਿਹੜਾ इजीली ਕੈਸ਼ ਕਨਵਰਟ ਹੋ ਜਾਂਦਾ ਬਿਲਕੁਲ ਹਾਂ ਜੇ ਜਿਹੜਾ ਜਿਹੜਾ ਕੈਸ਼ ਦੇ ਵਿੱਚ ਜੇ ਤੁਹਾਨੂੰ ਸਮਾਂ ਤੁਹਾਡੇ ਤੇ ਮਾੜਾ ਆ ਜਾਂਦਾ ਤੇ ਉਸ ਚੀਜ਼ ਨੂੰ ਤੁਸੀਂ ਯੂਜ਼ ਕਰਦੇ ਹੋ ਬਾਕੀ ਦੇਖੋ ਮੋਗਨ ਹੌਸਲੇ ਵੀ ਕਹਿੰਦੇ-ਕਹਿੰਦੇ ਵੀ ਰੀਜ਼ਨੇਬਲ ਰੈਸ਼ਨਲ ਹੋ ਕੇ ਚੱਲੋ ਹਮੇਸ਼ਾ ਹੂੰ ਫੈਕਟ ਦੇ ਨਾਲ ਚੱਲੋ ਹਮ ਹਣਾ ਹਮੇਸ਼ਾ ਇਮੋਸ਼ਨਸ ਦੇ ਨਾਲ ਨਾ ਚੱਲੋ ਜੀ ਇਮੋਸ਼ਨਲੀ ਤੁਹਾਨੂੰ ਐ ਲੱਗਦਾ ਕਿ ਮੈਨੂੰ ਆਹ ਕੁਝ ਕਰ ਦੇਣਾ ਚਾਹੀਦਾ ਪਰ ਜਿੱਦਾਂ ਕਹਿੰਦਾ ਦਿਮਾਗ ਦੀ ਸੁਣੋ ਦਿਲ ਦੀ ਨਾ ਸੁਣੋ ਹਮ ਅਸੀਂ ਅਕਸਰ ਦਿਲ ਦੀ ਸੁਣਦੇ ਹਾਂ ਕਿਉਂਕਿ ਖਾਸ ਕਰਕੇ ਜਿਹੜੇ ਪੈਸੇ ਦੇ ਮਾਮਲੇ ਹੁੰਦੇ ਨਾ ਜਿੱਥੇ ਮਨੀ ਇਨਵੋਲਵ ਹੁੰਦੀ ਆ ਉਹ ਹਮੇਸ਼ਾ ਕਹਿੰਦੇ ਕਿ ਫੈਕਟਸ ਨਾਲ ਨੰਬਰਸ ਨਾਲ ਚੱਲਣਾ ਚਾਹੀਦਾ ਪਹਿਲੋਂ ਤੁਸੀਂ ਆਪਣੇ ਕਹਿੰਦੇ ਕਿ ਆਪਣੇ ਦਿਮਾਗ ਤੇ ਵੀ ਇੰਨਾ ਭਰੋਸਾ ਨਾ ਕਰੋ ਕਿ ਮੈਂ ਜੋ ਸੋਚ ਰਿਹਾ ਉਦਾਂ ਹੀ ਹੋਊਗਾ ਤੁਹਾਨੂੰ ਮੈਂ ਦੱਸਿਆ ਜਿਵੇਂ ਲਿਵਰਪੂਲ ਦੀ ਜਿਹੜੀ ਐਗਜ਼ਾਮਪਲ ਆ ਜਦੋਂ ਸ ਸਟਾਕ ਮਾਰਕੀਟ ਕ੍ਰੈਸ਼ ਹੀ ਉਸ ਬੰਦੇ ਨੇ ਉਦੋਂ ਵੀ ਮਿਲੀਅਨਸ ਡਾਲਰ ਬਣਾਏ ਹੂੰ ਕਿਉਂਕਿ ਉਹ ਵਾਰੰਟ ਮੈਨੂੰ ਲੱਗਦਾ ਸੀ ਨਾ ਕਿ ਮੈਨੂੰ ਲੱਗਦਾ ਕਿ ਉਹ ਵਾਰੰਟ ਬਫੇ ਦਾ ਜਿਹੜਾ 골ਡਨ ਰੂਲ ਆ ਕਿ ਜਦੋਂ ਦੁਨੀਆ ਡਰ ਦੇ ਵਿੱਚ ਹੁੰਦੀ ਆ ਉਦੋਂ ਸਟਾਕ ਮਾਰਕੀਟ ਦੇ ਵਿੱਚ ਕਹਿੰਦੇ ਕਿ ਤੁਸੀਂ ਲਾਲਚੀ ਹੋ ਜਾਓ ਤੇ ਜਦੋਂ ਦੁਨੀਆ ਲਾਲਚੀ ਹੁੰਦੀ ਆ ਉਦੋਂ ਡਰ ਜਾਓ ਮੈਨੂੰ ਲੱਗਦਾ ਕਿ ਉਹ 골ਡਨ ਰੂਲ ਜਿਹੜਾ ਆ ਉਹ ਉਸ ਹਿਸਾਬ ਨਾਲ ਚੱਲਿਆ ਹੋਣਾ ਅੱਛਾ ਵੀਰੇ ਹੁਣ ਇਹਦੇ ਵਿੱਚ ਨਾ ਇੱਕ ਜਿਹੜੀ ਬਹੁਤ ਸਮਝਣ ਵਾਲੀ ਗੱਲ ਉਹ ਇਹ ਆ ਪਾਰਟਿਕੁਲਰਲੀ ਸਾਡੇ ਪੰਜਾਬੀ ਭਾਈਚਾਰੇ ਦੇ ਵਿੱਚ ਜਦੋਂ ਤੁਸੀਂ ਕਿਸੇ ਨੂੰ ਪੈਸੇ ਬਾਰੇ ਕਹਿੰਦੇ ਹੋ ਨਾ ਵੀ ਭਾਈ ਤੂੰ ਆਪਣੀ ਸਿਹਤ 'ਤੇ ਧਿਆਨ ਦੇ ਆਪਣੀ ਦਿਮਾਗ ਦੀ ਸ਼ਾਂਤੀ ਹੈ ਨਾ ਤਾਂ ਘਰ 'ਚ ਇਤਫਾਕ ਇਹ ਚੀਜ਼ਾਂ ਪੈਸੇ ਨਾਲ ਨਹੀਂ ਕਰਦੀ ਜਾਂਦੀਆਂ ਤੇ ਮੋਸਟਲੀ ਲੋਕ ਇਹਨੂੰ 네ਗੇਟਿਵਲੀ ਲੈ ਲੈਂਦੇ ਆ ਵੀ ਹਾਂ ਵੀ ਇਹ ਸੜਤਾ ਆ ਜਾ ਇਹਨੂੰ ਮੇਰੀ ਕਮਾਈ ਨਾ ਮੁੰਡੇ ਹੀ ਅਕਸਰ ਹਨ ਆਪਾਂ ਹੀ ਨਹੀਂ ਕਹਿੰਦੇ ਵੀ ਤੁਸੀਂ ਓਪਰਚੁਨਿਟੀ ਇਹ ਟੇਬਲ 'ਤੇ ਰਹਿਣ ਦਿਓ ਹਾਂ ਤੇ ਆਮ ਨਾਲ ਬਹਿ ਜਾਓ ਤੇ ਕੰਮ ਨਾ ਕਰੋ ਫਾਈਨੈਂਸ਼ੀਅਲ ਪ੍ਰੈਸ਼ਰ ਬਹੁਤ ਵੱਡਾ ਪ੍ਰੈਸ਼ਰ ਹੈ ਬਟ ਉਹਦੇ ਵਿੱਚ ਵਾਈਟੈਲਿਟੀ ਜ਼ਰੂਰ ਰੱਖੋ ਕਈ ਗੱਲਾਂ ਸਾਨੂੰ ਹੁਣ ਜਦੋਂ ਇੰਡੀਆ ਕੰਦਰ ਵੀ ਪਾਸ ਉਹਨੂੰ ਬਾਹਰ ਲੈ ਜਾਓ ਪਰ ਅਸੀਂ ਦੱਸਦੇ ਜਦੋਂ ਵੀ ਬਾਹਰ ਆ ਕੇ ਵੀਰੇ ਬੜੀ ਸਟਰਗਲ ਕਰਨੀ ਪੈਂਦੀ ਹੈ ਵੀ ਇੱਥੇ ਤਰਖਤਾਂ ਨਾਲ ਨੋਟ ਨਹੀਂ ਲੱਗੇ ਪਰ ਇੰਡੀਆ ਵਾਲਿਆਂ ਨੂੰ ਲੱਗਦਾ ਵੀ ਸ਼ਾਇਦ ਲੱਗੇ ਲੱਗੇ ਆ ਬਿਲਕੁਲ ਠੀਕ ਆ ਫਿਰ ਕਈ ਲੋਕ ਕਹਿੰਦੇ ਭਾਜੀ ਪੀਆਰ ਹੋ ਜੀ ਸਾਰੀ ਇੰਟੈਂਸ਼ਨ ਖਤਮ ਹੂੰ ਫਿਰ ਤੁਹਾਨੂੰ ਪੀਆਰ ਹੋਣ ਤੋਂ ਬਾਅਦ ਪਤਾ ਲੱਗਦਾ ਵੀ ਭਾਈ ਉਸ ਤੋਂ ਬਾਅਦ ਵੀ ਅਸਲੀ ਗਿੰਦਗੀ ਸ਼ੁਰੂ ਹੁੰਦੀ ਹੈ ਘਰ ਲੈ ਲਏ ਮੋਟੇ ਗਿਆਂ ਦਾ ਬੱਚੇ ਸਿਮਿਲਰਲੀ ਹਾਂਜੀ ਜਿਹੜਾ ਪੈਸਾ ਆ ਜਦੋਂ ਤੁਹਾਡੇ ਕੋ ਆ ਗਿਆ ਹੁਣਾਂ ਨੂੰ ਐਂ ਲੱਗਦਾ ਹੁਣਾਂ ਵੀ ਜਿਹੜੇ ਮਲਟੀ ਮਿਲੀਨਰ ਲੋਕ ਆ ਉਹਨ ਇਹ ਤਾਂ ਬੀਂਗ ਅ ਕੁਆਲੀਫਾਈਡ ਕਾਉਂਸਲਰ ਮੈਂ ਵੱਡੇ ਕੇਸ ਇਦਾਂ ਦੇ ਜਿਨ੍ਹਾਂ ਦਾ ਨਾਮ ਹੀ ਅਸੀਂ ਲੈ ਸਕਦੇ ਹਾਂ ਉਹਨਾਂ ਦੀ ਪ੍ਰਾਈਵੇਸੀ ਕਰਕੇ ਮੋਸਟਲੀ ਜਿਹੜੇ ਬੰਦੇ ਡਿਪਰੈਸ਼ਨ ਜਾਂਦੇ ਉਹਨਾਂ ਨੂੰ ਅੰਨਾ ਪਿਆ ਹੁੰਦਾ ਹੂੰ ਉਹਦਾ ਰੀਜ਼ਨ ਇਹ ਹੈ ਕਿ ਉਹਨਾਂ ਨੂੰ ਹਰ ਚੀਜ਼ ਨਾਰਮਲ ਲੱਗ ਲਾਇਦੀ ਹੂੰ ਹੁਣ ਅਸੀਂ ਇੱਕ ਮੱਧਮ ਵਰਗ ਤੋਂ ਰਿਲੇਟਡ ਆ ਹੂੰ ਜੇ ਅਸੀਂ ਆਪਣੀ ਘਰ ਲੈ ਲੈਂਦੇ ਕਿ ਇਹ ਵੀ ਆ ਠੀਕ ਹੈ ਵੀ ਤਾਨੂੰ ਸ਼ਾਪਿੰਗ ਕਰਾਣੀ ਹੂੰ ਠੀਕ ਹੁਣ ਇਹ ਖੜੇ ਜਾਣਾ ਫੋਨ ਵੀ ਹੁਣ ਸ਼ਾਪਿੰਗ ਹੋਣੀ ਇਹ ਚਲੋ ਵੀ ਚਾ ਚੜਜਣੇ ਵੀ ਸ਼ਾਪਿੰਗ ਜਾਣਾ ਬਿਲਕੁਲ ਤੇ ਜਿਹੜਾ ਅਮੀਰ ਬੰਦਾ ਮਲਟੀ ਮਿਲੀਨਰ ਉਹਨੂੰ ਵਾਈਫ ਦਾ ਫੋਨ ਆਉਂਦਾ ਉਹ ਕਹਿੰਦੀ ਮੈਂ ਘਰ ਬੋਰ ਹੋ ਰਹੀ ਹਾਂ ਤੇ ਉਹ ਗੁੱਸੇ ਨਾਲ ਕਹਿੰਦਾ ਤੈਨੂੰ ਹੋਰ ਨਹੀਂ ਕੋਈ ਕੰਮ ਤੇ ਸ਼ਾਪਿੰਗ ਹੀ ਕਰਿਆ ਹੂੰ ਦਲਫੁੱਲ ਇੱਕ ਥਾਂ ਤੁਹਾਨੂੰ ਸ਼ਾਪਿੰਗ ਸਤਵੇਂ ਸਮਾਨ ਦੇ ਲੈ ਜਾਂਦੀ ਜਦੋਂ ਦੀ ਸ਼ਾਪਿੰਗ ਤੁਹਾਡੇ ਲਈ ਬੇਸਿਕਸ ਚੀਜ਼ ਹੈ ਜੇ ਕੋਈ ਕੰਮ ਨਹੀਂ ਤੇ ਸ਼ਾਪਿੰਗ ਕਰ ਲੈ ਹੂੰ ਬਿਲਕੁਲ ਭਾਈ ਗੱਲ ਤਾਂ ਫੇਰ ਉਹੀ ਸਾਈਕੋਲੋਜੀ ਦੀ ਆ ਗਈ ਆ ਕਿ ਆਪਾਂ ਅੱਗੇ ਵੀ ਗੱਲ ਕਰ ਰਹੇ ਸੀ ਕਿ ਜਦੋਂ ਸਿਹਤ ਦੀ ਜਾਂ ਪਰਿਵਾਰ ਦੀ ਗੱਲ ਅਸੀਂ ਇਹ ਨਹੀਂ ਕਹਿੰਦੇ ਕਿ ਕੰਮ ਨਾ ਕਰੋ ਅਸੀਂ ਇਹ ਨਹੀਂ ਕਹਿੰਦੇ ਕਿ ਅ ਮਤਲਬ ਦੇਖੋ ਥਾਲੀ ਦੇ ਵਿੱਚ ਰੋਟੀ ਜਿਹੜੀ ਉਹ ਪ੍ਰਮਾਤਮਾ ਨੇ ਦੇਣੀ ਆ ਪਰ ਉਹ ਰੋਟੀ ਨੂੰ ਆਪਣੇ ਮੂੰਹ ਵਿੱਚ ਪਾਉਣ ਲਈ ਤੁਹਾਨੂੰ ਜਿਹੜਾ ਹੱਥ ਨਾਲ ਉਹ ਬੁਰਕੀ ਤੋੜ ਕੇ ਆਪਣੇ ਮੂੰਹ ਵਿੱਚ ਪਾਉਣੀ ਪੈਣੀ ਹੈ ਕੰਮ ਕਰਨਾ ਹੀ ਪੈਣਾ ਆ ਪਰ ਉਹ ਕੰਮ ਕਰਕੇ ਉਸ ਪੈਸੇ ਨੂੰ ਕਮਾ ਕੇ ਜੇ ਉਸ ਨੂੰ ਸੰਭਿਆ ਨਾ ਤੇ ਉਸ ਕੰਮ ਕੀਤੇ ਦਾ ਵੀ ਫਾਇਦਾ ਕਰੇ ਸਿਮਿਲਰਲੀ ਵੀਰੇ ਯੂਨੀਵਰਸਲ ਰੂਲ ਹੈ ਜਿੱਦਾਂ ਤੋਂ ਰੋਟੀ ਦੀ ਗੱਲ ਕੀਤੀ ਹੈ ਨਾ ਪਰ ਸਿਆਣੇ ਇਹ ਵੀ ਕਹਿੰਦੇ ਵੀ ਉਹਨਾਂ ਕੀ ਖਾਓ ਜਿੰਨਾ ਤੁਸੀਂ ਪਚਾ ਸਕਦੇ ਹੋ ਹੈਨਾ ਜੀ ਤੇ ਇਸ ਕਰਕੇ ਜਿਹੜੀ ਜਿਹੜਾ ਪੈਸਾ ਪਚਾਉਣਾ ਵੀ ਔਖਾ ਹੂੰ ਇੱਥੇ ਆਥਰ ਇਹ ਵੀ ਗੱਲ ਕਹਿੰਦੇ ਵੀ ਇਹ ਤੁਹਾਡੀ ਜਿਹੜੀ ਮੈਗਨੇਟਿਕ ਬੈਡ ਹੈਬਿਟਸ ਹੁੰਦੀਆਂ ਨੇ ਨਾ ਹੂੰ ਉਹਨਾਂ ਨੂੰ ਮੈਗਨੇਟ ਵਾਂਗੂ ਖਿੱਚ ਲਾਂ ਦਵਾਰ ਨੂੰ ਹੂੰ ਵੀ ਅੱਜ ਤੁਸੀਂ ਆਰਾਮ ਨਾਲ ਆਪਣੇ ਜ਼ਿੰਦਗੀ ਦੀ ਹਸਟਲ ਬਸਲ ਚੋਂ ਲੰਘ ਰਹੇ ਹੋ ਆਏ ਗਏ ਹੈ ਨਾ ਰੂਟੀਨ ਹੈ ਹੂੰ ਜਦੋਂ ਤੁਹਾਡੇ ਕੋ ਜਿਆਦਾ ਪੈਸੇ ਆ ਗਏ ਤੁਸੀਂ ਕਹਿੰਦੇ ਅੱਛਾ ਮੈਂ ਉਹ ਤੋਂ ਇੰਡੀਆ ਨਾਲ ਉਹ ਪਿੰਡ ਚੋਂ ਮੁੰਡੇ ਨੇ ਇਤਾਂ ਕਿਹਾ ਸੀ ਇੱਕ ਵਾਰ ਉੱਤੇ ਕੇਸ ਕਰਨਾ ਹੂੰ ਠੀਕ ਹੈ ਜਾਂ ਕੋਈ ਸ਼ਰਾਬ ਪੀਣ ਲੱਗ ਜਾਂਦਾ ਜਾਂ ਹੋਰ ਵੀ ਚਲੋ ਬੜੀਆਂ ਚੀਜ਼ਾਂ ਇੰਦਾਂ ਨਹੀਂ ਹੁੰਦੀਆਂ ਜਿਵੇਂ ਅਸਲੀ ਕਿਰਦਾਰ ਤਾਂ ਔਦੋ ਬਾਹਰ ਹੁੰਦਾ ਪਰ ਕਿਰਦਾਰ ਵੀ ਹੁੰਦਾ ਪਰ ਮੈਗਨੇਟਿਕ ਵਾਂਗੂ ਤੁਹਾਨੂੰ ਜਿਹੜੀ ਮਾੜੀਆਂ ਆਦਤਾਂ ਨੇ ਨਾ ਉਹ ਪੈਸਾ ਖਿੱਚ ਲਿਆਉਂਦਾ ਬਾਹਰ ਉਹੀ ਕਿਰਦਾਰ ਦੇ ਵਿੱਚ ਇਹੀ ਹੈ ਜੋ ਆਦਤਾਂ ਤੁਹਾਡੀਆਂ ਜੇ ਚੰਗੀਆਂ ਐ ਮੈਨੂੰ ਲੱਗਦਾ ਕਿ ਜਿਹੜਾ ਚੰਗਾ ਬੰਦਾ ਆ ਜੇ ਉਹਦੇ ਕੋਲ ਜੇ ਉਹਦੀਆਂ ਆਦਤਾਂ ਚੰਗੀਆਂ ਜਾਂ ਉਹਦਾ ਕਿਰਦਾਰ ਚੰਗਾ ਆ ਜੇ ਉਹਦੇ ਕੋਲ ਪੈਸਾ ਹੋਊਗਾ ਤਾਂ ਉਹ ਕਿਸੇ ਨੂੰ ਦਾਨ ਕਰੂਗਾ ਕਿਸੇ ਮਾੜੇ ਗਰੀਬ ਦੀ ਹੈਲਪ ਕਰੂਗਾ ਕੋਈ ਮਤਲਬ ਤੇ ਜੇ ਦਾ ਜੇ ਦਾ ਕਿਰਦਾਰ ਮਾੜਾ ਆ ਜਿਹਦੀ ਸੋਚ ਮਾੜੀ ਆ ਉਹਦੇ ਕੋਲ ਜਦੋਂ ਪੈਸਾ ਆ ਗਿਆ ਤਾਂ ਉਹਨੇ ਕਿਹਾ ਵੀ ਉਦੋਂ ਉਹਨੂੰ ਵੇਖਣਾ ਸੀ ਨਾ ਅੱਜ ਵੇਖਦਾ ਮੈਂ ਉਹਦਾ ਉੱਥੇ ਦੇਖੋ ਜਿੱਦਾਂ ਕਹਿੰਦੇ ਨੇ ਕਿ ਇਫ ਯੂ ਵਾਂਟ ਟੂ ਚੈੱਕ ਸਮਨਸ ਕੈਰੈਕਟਰ ਗਿਵ ਹਿਮ ਪਾਵਰ ਪਾਵਰ ਬਿਲਕੁਲ ਉਦੋਂ ਬਾਅਦ ਹੀ ਪਤਾ ਲੱਗਦਾ ਹੈ ਕਿ ਬੰਦੇ ਦਾ ਪੈਸੇ ਤੋਂ ਵੱਡੀ ਪਾਵਰ ਹੀ ਕੋਈ ਨਹੀਂ ਹੈ ਹਾਂਜੀ ਇਸ ਕਰਕੇ ਇਸ ਪੋਡਕਾਸਟ ਦੀ ਸਮਰੀ ਇਹੀ ਹੈ ਹੂੰ ਕਿ ਜੇ ਤੁਹਾਡੇ ਸਮੇ ਦੇ ਉੱਤੇ ਕੰਟਰੋਲ ਹੈ ਹੂੰ ਤੁਹਾਡੇ ਮਨ 'ਚ ਸ਼ਾਂਤੀ ਹੈ। ਤੁਹਾਡੇ ਕੋਲ ਚੰਦੀ ਚੰਗੀ ਸੇਧ ਹੈ। ਹਮਮ ਘਰ ਦੇ ਵਿੱਚ ਇਤਫਾਕ ਹੈ। ਹਮਮ ਤੇ ਤਾਂ ਹੀ ਤੁਸੀਂ ਅਮੀਰ ਹੋ। ਹਮਮ ਤੇ ਜੇ ਸਿਰਫ ਤੁਸੀਂ ਅ ਬੈਂਕਿੰਗ ਨੂੰ ਅਮੀਰੀ ਕਹਿੰਦੇ ਹੋ। ਹਮਮ ਉਹ ਅਮੀਰੀ ਨਹੀਂ ਹੈ। इट्स పార్ਟ ਆਫ ਅਮੀਰੀ। ਹਮਮ ਤੇ ਦੂਜੀ ਚੀਜ਼ਾਂ ਜਦੋਂ ਜ਼ਿਆਦਾ ਡਰਾਈ ਆਊਟ ਹੋ ਜਾਂਦੀਆਂ ਫਿਰ ਉਹ ਪੈਸੇ ਨੂੰ ਵੀ ਲੈ ਬੈਂਦੀ ਆ। ਹਮਮ ਫਿਰ ਬੰਦੇ ਨੂੰ ਪੈਸਾ ਵੀ ਨਹੀਂ ਚੰਗਾ ਲੱਗਦਾ। ਕਿਉਂਕਿ ਆਪਾਂ ਤਾਂ ਦੇਖੀਦੇ ਬੰਦੇ ਜਿਹੜੇ ਫਾਈਨੈਂਸ਼ਲੀ ਬਹੁਤ ਸੌਂਡ ਹੈ। ਇਹਨਾਂ ਨੂੰ ਸਾਰੀ ਉਮਰ ਪੈਸੇ ਕਮਾਉਣ ਦੀ ਲੋੜ ਨਹੀਂ। ਫਿਰ ਵੀ ਡਿਪਰੈਸ਼ਨ 'ਚ ਨੇ। ਬਿਲਕੁਲ ਉਹਦਾ ਇੱਕ ਹੱਲ ਇਹ ਵੀ ਉਹ ਦੱਸਦੇ ਆ ਵੀ ਜਦੋਂ ਤੁਸੀਂ ਇੱਕ ਬਹੁਤ ਲਗਜ਼ਰੀ ਲਾਈਫ ਜੀ ਰਹੇ ਹੋ ਹੂੰ ਤੁਹਾਨੂੰ ਹਰ ਚੀਜ਼ ਨਾਰਮਲ ਲੱਗਦੀ ਹੈ ਏਸੀ ਚ ਬੈਠੇ ਹੋ ਕੋਈ ਕੰਮ ਨਹੀਂ ਹਨਾ ਉਹ ਕਹਿੰਦੇ ਵੀ ਕੈਂਪਿੰਗ ਕਰੋ ਜਾਂ ਤੁਸੀਂ ਇੱਕ ਦਿਨ ਬੜਾ ਹਾਰਡ ਬਤੀਤ ਕਰੋ ਹੂੰ ਧੁੱਪ ਚ ਜਾਓ ਮਤਲਬ ਬਿਸ਼ੱਕ ਇੱਕ ਦਿਹਾੜੀ ਕਰਕੇ ਆਓ ਜਿਦਾਂ ਉਹ ਟ੍ਰੱਕ ਚੱਲਦੇ ਆ ਖੁਦ ਜਾਓ ਟ੍ਰੱਕ ਬੇਲਟਾਂ ਬੁਲਟਾਂ ਸਾਰੀਆਂ ਕਸੋ ਸਾਰਾ ਕੁਝ ਕਰੋ ਹੂੰ ਅਗਲੇ ਦਿਨ ਸੇ ਜਾ ਕੇ ਉਸੇ ਜਗ੍ਹਾ ਤੇ ਬੈਠੋਗੇ ਤੁਹਾਨੂੰ ਬੜਾ ਵਧੀਆ ਮਹਿਸੂਸ ਹੋਗਾ ਵਧੀਆ ਮਹਿਸੂਸ ਹੋਗਾ ਬਿਲਕੁਲ ਨਿੱਕੀ ਨਿੱਕੀ ਚੀਜ਼ ਤੁਸੀਂ ਇੰਜੋਏ ਕਰੋਗੇ ਹੂੰ ਜਿਹੜੀ ਚੀਜ਼ਾਂ ਤੁਹਾਨੂੰ ਬਿਲਕੁਲ ਹੀ ਨਾਰਮਲ ਲੱਗਣ ਲੱਗ ਜਾਂਦੀਆਂ ਬਿਲਕੁਲ ਭਾਈ ਉਹੀ ਗੱਲ ਹੈ ਫੇਰ ਉਹੀ ਆ ਗਈ ਕਿ ਬੇਸਿਕਸ ਨੈਵਰ ਚੇਂਜ ਆਪਾਂ ਜਿੰਨੇ ਵੀ ਗੱਲਬਾਤ ਕਰਦੇ ਆ ਚਾਹੇ ਕੋਈ ਕਿਤਾਬ ਦੀ ਰੈਫਰੈਂਸ ਲੈ ਲਈਏ ਚਾਹੇ ਉਹ ਗੱਲ ਘੁੰਮ ਫਿਰ ਕੇ ਉੱਥੇ ਹੀ ਆ ਜਾਂਦੀ ਹੈ ਕਿ ਪੈਸਾ ਜਿੰਨਾ ਮਰਜ਼ੀ ਕਮਾ ਲ ਪੈਸਾ ਬਹੁਤ ਕੁਛ ਹੈ ਜ਼ਿੰਦਗੀ ਦੇ ਵਿੱਚ ਸਭ ਕੁਝ ਨਹੀਂ ਹੈਗਾ ਹਾਂਜੀ ਪਰ ਪੈਸੇ ਨੂੰ ਸੰਭਲਣ ਦੀ ਕਲਾ ਹੋਣੀ ਚਾਹੀਦੀ ਹੈ ਜਿਹੜੀ ਇਹ ਕਿਤਾਬ ਸਟੈਪ ਬਾਈ ਸਟੈਪਸ ਹੁੰਦੀ ਆ ਅਸੀਂ 20ਾਂ 25 ਮਿੰਟਾਂ ਦੀ ਗੱਲਬਾਤ ਦੇ ਵਿੱਚ ਸਭ ਕੁਝ ਤੁਹਾਡੇ ਸਾਹਮਣੇ ਨਹੀਂ ਰੱਖ ਸਕਦੇ ਇਸ ਕਰਕੇ ਮੈਂ ਬੇਨਤੀ ਕਰੂੰਗਾ ਆਪਣੇ ਵਿਊਅਰਜ਼ ਨੂੰ ਕਿ ਇਹ ਜਿਹੜੀ ਕਿਤਾਬ ਆ ਇਹ ਪਿਛਲੇ ਕਈ ਸਾਲ ਤੋਂ ਬਹੁਤ ਜ਼ਿਆਦਾ ਚਰਚਿਤ ਹੈ ਤੇ ਇਹਨੂੰ ਪੜਿਓ ਜ਼ਰੂਰ ਜੇ ਪੜ ਨਹੀਂ ਸਕਦੇ ਤੇ ਇਹਦੇ ਜਿਹੜੇ ਫੁੱਲ ਆਡੀਓ ਬੁੱਕਸ ਆ ਉਹ ਇੰਟਰਨੈਟ ਤੇ ਪਈਆਂ ਇਹਨੂੰ ਸੁਣਿਓ ਕਿਉਂਕਿ ਅਸੀਂ ਵੀ ਉਸ ਉਹ ਜਿਹੜੇ ਪੁਆਇੰਟਸ ਆ ਆਪਣੀ ਜ਼ਿੰਦਗੀ ਦੇ ਵਿੱਚ ਜੋੜ ਕੇ ਉਹਦੀਆਂ ਗੱਲਾਂ ਬਾਤਾਂ ਹੀ ਕੀਤੀਆਂ ਤੁਹਾਡੇ ਸਾਹਮਣੇ ਕਿਤਾਬ ਅਸੀਂ ਖੋਲ੍ਹ ਕੇ ਨਹੀਂ ਰੱਖ ਸਕਦੇ ਸੋ ਜਸਵੰਦਰ ਭਾਈ ਤੁਸੀਂ ਜੇ ਜਾਣ ਤੋਂ ਪਹਿਲਾਂ ਕੁਝ ਕਹਿਣਾ ਚਾਹੋ ਤੇ ਜ਼ਰੂਰ ਕਹਿ ਸਕਦੇ ਹੋ ਮੈਂ ਦੇਖੋ ਜੀ ਜਾਣ ਤੋਂ ਪਹਿਲੇ ਇਹੀ ਗੱਲ ਕਹਾਂਗਾ ਵੀ ਅਸੀਂ ਇੱਕ ਇਦਾਂ ਦੇ ਮੁਲਕ ਚੋਂ ਆਏ ਆ ਜਿੱਥੇ ਸਿਰਫ ਬੰਦਾ ਦਿਹਾੜੀ ਲਾਉਂਦਾ ਤੇ ਇੱਕੋ ਜੌਬ ਕਰਦਾ ਤੇ ਉਸੇ ਚੋਂ ਦੀ ਉਮਰ ਲੰਘ ਜਾਂਦੀ ਹੈ ਨਾ ਇੱਥੇ ਆ ਕੇ ਤੁਸੀਂ ਉਸ ਕੰਟਰੀ ਚ ਆ ਗਏ ਜਿੱਥੇ 24/7 ਪੈਸੇ ਬਣਦੇ ਨੇ ਬਿਲਕੁਲ ਹੈ ਨਾ ਤੇ ਸਾਰੇ ਬੰਦੇ ਜਦੋਂ ਸਟਾਰਟਿੰਗ ਚ ਹੀ ਕਰਦੇ ਨੇ 35 ਨਾਲ ਜਰਬ ਦੇ ਕੇ 50 ਨਾਲ ਜਰਬ ਦੇ ਕੇ ਸੋਚਦੇ ਰਹੇ ਆ ਇਹ ਸਾਈਕੋਲੋਜੀ ਆਫ ਮਨੀ ਹੈ ਹੌਲੀ ਹੌਲੀ ਤੁਹਾਨੂੰ ਸਮਝ ਲੱਗਦੀ ਹੈ ਵੀ ਕਿਦਾਂ ਜੇ ਕਮਾਈ ਡਾਲਰਾਂ ਚ ਹੈ ਤੇ ਖਰਚੇ ਵੀ ਡਾਲਰਾਂ ਚ ਹੈ ਬੇਸਿਕ ਲੱਖ ਗੱਭੀ ਆ ਜਾਂਦਾ ਜੀ ਹਣਾ ਬਿਲਕੁਲ ਆਪਣੀ ਫਰੀडम ਨਾਲ ਹਮ ਸਮੇਂ ਤੇ ਉਹ ਤੇ ਕੰਟਰੋਲ ਰੱਖੋ ਹਮ ਮੰਦੀ ਸ਼ਾਂਤੀ ਚੰਗੀ ਸਿਹਤ ਤੇ ਘਰ ਚ ਪਿਆਰ ਇਹਨਾਂ ਚੀਜ਼ਾਂ ਦੇ ਨਾਲ ਕਦੀ ਵੀ ਕੰਪਰੋਮਾਈਜ਼ ਨਾ ਕਰੋ ਆਪਣੀ ਰੈਪਿਊਟੇਸ਼ਨ ਨਾਲ ਕਦੀ ਕੰਪਰੋਮਾਈਜ਼ ਨਾ ਕਰੋ ਪੈਸੇ ਦੇ ਮਾਮਲੇ ਚ ਕਮਾਈ ਕਰੋ ਜੀ ਰੱਜ ਕੇ ਕਰੋ ਹਮ ਬਟ ਇਹਦੇ ਨਾਲ ਜਿਹੜੀਆਂ ਹੋਰ ਵੀ ਤੁਹਾਨੂੰ ਹੈਡੈਕਸ ਮਿਲਦੀਆਂ ਨੇ ਹਮ ਮੇਕ ਸ਼ੁਰ ਵੀ ਤੁਸੀਂ ਉਹਨਾਂ ਨੂੰ ਚੱਲਣ ਚੱਲ ਸਕਦੇ ਹੋ ਫੇਰ ਹੀ ਉਧਰ ਨੂੰ ਤਰਿਓ ਨਹੀਂ ਤੇ ਇਹ ਚੀਜ਼ਾਂ ਡਿਸਟਰਕਟਿਵ ਹੋ ਜਾਂਦੀਆਂ ਨੇ ਬਿਲਕੁਲ ਜੀ ਜਿਹੜੀ ਜਿੱਦਾਂ ਬਾਈ ਨੇ ਕਿਹਾ ਕਿ ਕ ਕਿ ਤੁਸੀਂ ਜਿਹੜੀ ਸੇਤ ਆ ਫਰੀडम ਆ ਉਹਦੇ ਨਾਲ ਕੰਪਰੋਮਾਈਜ਼ ਕਿਉਂਕਿ ਸਮੇਂ ਦਾ ਜਿਹੜਾ ਸਮਾਂ ਤੇ ਬਹੁਤ ਬਲਵਾਨ ਹੈ ਉੱਤੇ ਕੰਟਰੋਲ ਤੇ ਕਿਸੇ ਦਾ ਨਹੀਂ ਹੈਗਾ ਪਰ ਜੇ ਜਿਹੜਾ ਤੁਹਾਡੇ ਕੋਲ ਤੁਹਾਡੀ ਜ਼ਿੰਦਗੀ ਦਾ ਬਲੂਪ੍ਰਿੰਟ ਆ ਤੁਹਾਡੇ ਕੋਲ ਕੋਈ ਪਲਾਨ ਆ ਕਿ ਤੁਸੀਂ ਜੋ ਕਰ ਰਹੇ ਹੋ ਪੈਸਾ ਕਮਾ ਰਹੇ ਹੋ ਤੇ ਇਹਨੂੰ ਵਰਤਣਾ ਕਿੱਦਾਂ ਆ ਇਹਨੂੰ ਸੰਭਾਲਣਾ ਕਿੱਦਾਂ ਆ ਜੇ ਅਸੀਂ ਆਪਣੇ ਬੱਚੇ ਪਾਲਦੇ ਆ ਤੇ ਉਹ ਉਹਦੇ ਮੇਰੇ ਖਿਆਲ ਹਰ ਚੀਜ਼ ਦੀ ਜਾਣਕਾਰੀ ਹਰ ਚੀਜ਼ ਨੂੰ ਤੁਸੀਂ ਕਿਸ ਤਰੀਕੇ ਨਾਲ ਆਪਣੀ ਜ਼ਿੰਦਗੀ ਜੀਉਂਦੇ ਹੋ ਉਹ ਤੇ ਤੁਹਾਡੇ ਆਉਣ ਵਾਲੇ ਦਿਨ ਉਦਾਂ ਦੇ ਹੀ ਹੋਣਗੇ ਸੋ ਉਹਦੇ ਵਿੱਚ ਇਦਾਂ ਦੀਆਂ ਕਿਤਾਬਾਂ ਜਿਹੜੀਆਂ ਉਹ ਬਹੁਤ ਜ਼ਿਆਦੀਆਂ ਸਹਾਇਕ ਹੁੰਦੀਆਂ ਇਸ ਕਰਕੇ ਸਾਡਾ ਅੱਜ ਦੇ ਪੌਡਕਾਸਟ ਵੀ ਜਿਹੜਾ ਮੈਸੇਜ ਇਹੀ ਆ ਕਿ ਤੁਸੀਂ ਆਪਣੀ ਜ਼ਿੰਦਗੀ ਜਿਹੜੀ ਜਿਉਂ ਰਹੇ ਹੋ ਉਹਦਾ ਬਲੂਪ੍ਰਿੰਟ ਉਹਦਾ ਪਲਾਨ ਤੁਹਾਡੇ ਕੋਲ ਹੋਣਾ ਚਾਹੀਦਾ ਪੈਸਾ ਜਿੱਦਾਂ ਬਾਈ ਨੇ ਕਿਹਾ ਕਿ 24/7 ਬੰਦ ਆ ਪਰ ਉਹਨੂੰ ਸਾਂਭਣਾ ਕਿੱਦਾਂ ਉਹਦੀ ਕਲਾ ਸਾਡੇ ਕੋਲ ਹੋਣੀ ਚਾਹੀਦੀ ਆ ਸੋ ਲਾਸਟ ਵਿੱਚ ਵੀਰੇ ਮੈਂ ਇੱਕੋ ਗੱਲ ਕਹੂੰਗਾ ਜੀ ਤੁਸੀਂ ਪੈਸਾ ਖਰਚੋ ਪੈਸਾ ਤੁਹਾਨੂੰ ਨਾ ਖਰਚੇ ਪੈਸਾ ਖਰਚੇ ਬਿਲਕੁਲ ਬਾਕੀ ਆ ਪੰਜੇ ਪੈਸਾ ਤੁਹਾਡਾ ਗੁਲਾਮ ਹੋਣਾ ਚਾਹੀਦਾ ਬੀ ਦਾ ਮਨੀ ਔਰ ਸਲੇਵ ਡੋਨਟ ਬੀ ਸਲੇਵ ਆਫ ਦਾ ਮਨੀ ਹਣਾ ਸੋ ਇਹ ਇਹ ਜ਼ਿੰਦਗੀ ਦਾ ਅਸੂਲ ਹੋਣਾ ਚਾਹੀਦਾ ਸੋ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਗੱਲਾਂ ਫਿਰ ਅੱਜ ਸਾਡੇ ਵਿਊਅਰਸ ਨਾਲ ਬਹੁਤ ਸੋਹਣੀ ਸਾਂਝ ਪਾਈ ਆ ਥੈਂਕ ਯੂ ਤੁਹਾਡਾ ਤੇ ਮੈਨੂੰ ਲੱਗਦਾ ਕਿ ਤੁਹਾਨੂੰ ਸਾਡੀ ਜਿਹੜੀ ਗੱਲਬਾਤ ਹੈ ਉਹ ਚੰਗੀ ਲੱਗੀ ਹੋਊਗੀ ਇਹਦੀ ਫੀਡਬੈਕ ਸਾਡੇ ਤੱਕ ਜਰੂਰ ਪਹੁੰਚਾਓ ਤੇ ਜੇ ਤੁਸੀਂ ਕੋਈ ਇਦਾਂ ਦਾ ਟੌਪਿਕ ਜੇ ਤੇ ਤੁਸੀਂ ਖੁਦ ਗੱਲ ਕਰਨੀ ਚਾਹੁੰਦੇ ਹੋ ਤਾਂ ਇਹ ਜਿਹੜਾ ਮੰਚ ਹੈ ਸਾਰਿਆਂ ਲਈ ਖੁੱਲਾ ਆ ਤੁਸੀਂ ਇੱਥੇ ਇਸ ਮੰਚ ਤੇ ਆ ਕੇ ਗੱਲਬਾਤ ਆਪਣੀ ਰੱਖ ਸਕਦੇ ਹੋ ਤੇ ਜੇ ਕੁਝ ਚੰਗਾ ਨਹੀਂ ਲੱਗਿਆ ਉਹਦੇ ਬਾਰੇ ਵੀ ਜਰੂਰ ਦੱਸਿਓ ਤਾਂ ਜੋ ਅਸੀਂ ਹੋਰ ਪ੍ਰੋਗਰਾਮਾਂ ਨੂੰ ਬਿਹਤਰ ਕਰਕੇ ਤੁਹਾਡੇ ਤੱਕ ਲੈ ਕੇ ਆ ਸਕੀਏ ਤੁਸੀਂ ਜਿਉਂਦੇ ਵਾਸਤੇ ਰਹੋ ਮੈਂ ਅਗਲੇ ਪੌਡਕਾਸਟ ਫਿਰ ਤੁਹਾਡੇ ਨਾਲ ਸੰਪਾਉਂਗਾ Tantan, uh, pejar, priča, Rabrakha. <tune>